ਅਣਗਿਣਤ ਆਉਣਸ ਦੁਨੀਆ ਤੇ ਕੁਝ ਵਿਰਲੇ ਨਾਚਮਕਾ ਜਾਂਦੇ ਅਣਗਿਣਤ ਆਉਣਸ ਦੁਨੀਆ ਤੇ ਕੁਝ ਵਿਰਲੇ ਨਾਚਮਕਾ ਜਾਂਦੇ ਜਿਦੋਂ ਦੀ ਵੀ ਉਹ ਤੁਰਦੇ ਨੇ ਨਵੀਆਂ ਪੈੜਾਂ ਪਾ ਜਾਂਦੇ ਕੁਝ ਮੇਰੀ ਮੇਰੀ ਕਰਦੇ ਹੀ ਸਾਰੀ ਉਮਰ ਲੰਘਾ ਗਏ ਨੇ ਕੁਝ ਮਹਾਬਲੀ ਜੋ ਕੌਮ ਲਈ ਸਭ ਕੁਝ ਆਪਣਾ ਲੁਟਾ ਗਏ ਨੇ ਕੋਈ ਕੰਡਿਆਂ ਕੋਈ ਫੁੱਲਾਂ ਵਿੱਚ ਵੀ ਰੋਂਦਾ ਐ ਤੇ ਕੋਈ ਕੰਡਿਆਂ ਨਾਲ ਨਿਵਾ ਜਾਂਦੇ ਅਣਗਿਣਤ ਆਉਂਦੇ ਇਸ ਦੁਨੀਆ ਤੇ ਕੁਝ ਵਿਰਲੇ ਨਾ ਚਮਕਾ ਜਾਂਦੇ ਕੁਝ ਵਿਰਲੇ ਨਾ ਚਮਕਾ ਜਾਂਦੇ ਸਾਡੀ ਕੌਮ ਦੇ ਨਾਮ ਚਮਕਾਉਣ ਵਾਲੇ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹਾਂ ਜੀ ਅੱਜ ਦਾ ਲਾਈਵ ਸ਼ੋਅ ਲੈ ਕੇ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਆਜਦੇ ਇਸ ਲਾਈਵ ਸ਼ੋਅ ਦੇ ਵਿੱਚ ਜਿਵੇਂ ਸਾਡੇ ਦਰਸ਼ਕ ਦੇਖ ਰਹੇ ਨੇ ਅੱਜ ਕੱਲ ਟੀਵੀ ਦੇ ਉੱਪਰ ਖਾਸ ਤੌਰ ਤੇ ਕੱਲ ਦੇ ਅਸੀਂ ਉੱਚੇ-ਉੱਚੇ ਪ੍ਰੋਗਰਾਮ ਸ਼ੁਰੂ ਕੀਤੇ ਨੇ ਜੂਨ 84 ਦਾ ਮਹੀਨਾ 37 ਸਾਲ ਲਗਭਗ ਹੋ ਗਏ ਨੇ ਪਰ ਅਜੇ ਵੀ ਜਿਵੇਂ ਕਹਿੰਦੇ ਹੁੰਦੇ ਵੀ ਜ਼ਖਮ ਜਿਹੜੇ ਅੱਲੇ ਨੇ ਮਰਜ਼ ਵਧਦਾ ਹੀ ਗਿਆ ਜੋ ਜੋ ਦਵਾਈ ਜਿਉਂ-ਜਿਉਂ ਸਮਾਂ ਪਈ ਜਾਂਦਾ ਬਜਾਏ ਇਸ ਦੇ ਕਿ ਕੋਈ ਹੱਕ ਦੀ ਗੱਲ ਹੋਵੇ ਕਿਸ ਤਰ੍ਹਾਂ ਦੀ ਗੱਲ ਹੋਵੇ ਤਾਂ ਉਹ ਉਹ ਜਿਹੜੇ ਨਾਸੂਰ ਨੇ ਹੋਰ ਵੀ ਸਾਰੇ ਹੋਈ ਜਾਂਦੇ ਨੇ ਸੋ ਅਸੀਂ ਜਿੰਨੇ ਵੀ ਸਿੰਘ ਸ਼ਹੀਦ ਹੋਏ ਉਥੇ ਸੰਗਤਾ ਜਿੰਨੀਆਂ ਸ਼ਹੀਦ ਹੋਈਆਂ ਸਾਰਿਆਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆਂ ਤੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਆਂ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਆਮ ਜਿਹੜੀ ਗੱਲਬਾਤ ਕਰਦੇ ਹੁੰਦੇ ਉਹ ਵੀ ਕਰਾਂਗੇ ਇੱਕ ਹੋਰ ਜਿਹੜੀ ਗੱਲ ਸਾਡੇ ਦਰਸ਼ਕ ਜਾਂ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਮੈਨੂੰ ਪੈਨ ਨਹੀਂ ਪਤਾ ਕਿ ਕਿੰਨੀ ਕੀ ਜਾਣਕਾਰੀ ਸਹੀ ਆ ਕਿੰਨੀ ਕੀ ਨਹੀਂ ਸਹੀ ਹੈਗੀ ਵੈਸੇ ਕੁਝ ਲੋਕਾਂ ਦਾ ਇਹ ਫੇਸਬੁਕ ਤੇ ਪੜਾ ਪਾਇਆ ਅੱਜ ਕੇ 2 ਜੂਨ ਨੂੰ ਸੰਤ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਵੀ ਹੈਗਾ ਆ ਤੇ ਪਰ ਮੇਰੇ ਖਿਆਲ ਦੇ ਨਾਲ 12 ਫਰਵਰੀ 1947 ਨੂੰ ਉਹਨਾਂ ਦਾ ਜਨਮ ਦਿਹਾੜਾ ਹੈਗਾ ਫਿਰ ਵੀ ਕੋਈ ਜਾਣਕਾਰੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਉਹ ਕਰ ਸਕਦੇ ਹੋ ਮੇਰਾ ਪ੍ਰੋਗਰਾਮ ਰੁਟੀਨ ਦੇ ਵਿੱਚ ਹੋਵੇਗਾ ਕਿਉਂਕਿ ਅਸੀਂ ਸਪੈਸ਼ਲ ਪ੍ਰੋਗਰਾਮ ਕਾਫੀ ਸ਼ੁਰੂ ਕੀਤੇ ਨੇ ਇਸ ਕਰਕੇ ਮੈਂ ਸਿਰਫ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਆਮ ਦੀ ਤਰ੍ਹਾਂ ਅਸੀਂ ਚਲਾਵਾਂਗੇ ਗੱਲ ਕਰੀ ਦੀ ਐ ਕੋਸ਼ਿਸ਼ ਕਰੀ ਦੀ ਐ ਕਿ ਪ੍ਰੋਗਰਾਮ ਕਿਸੇ ਵੀ ਤਰ੍ਹਾਂ ਦਾ ਹੋਵੇ ਤੇ ਪ੍ਰੋਗਰਾਮ ਦਾ ਕੋਈ ਵੀ ਰੰਗ ਹੋਵੇ ਪ੍ਰੋਗਰਾਮ ਦੇ ਵਿੱਚ ਕੁਝ ਵੀ ਅਸੀਂ ਪੇਸ਼ ਕਰੀਏ ਉਹ ਸਾਡੇ ਦਰਸ਼ਕਾਂ ਨੂੰ ਚੰਗਾ ਲੱਗੇ ਸੁਣਨ ਨੂੰ ਚੰਗਾ ਲੱਗੇ ਬੱਚੇ ਦੇਖਦੇ ਨੇ ਬੱਚਿਆਂ ਨੂੰ ਦੇਖਣ ਨੂੰ ਚੰਗਾ ਲੱਗੇ ਸਾਨੂੰ ਬਹੁਤ ਸਾਰੇ ਇਹੋ ਜਿਹੇ ਵੀਡੀਓ ਭੇਜਦੇ ਨੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਦੇ ਨਾ ਕਦੇ ਜ਼ਰੂਰ ਮੌਕਾ ਮਿਲਿਆ ਤਾਂ ਜਿਹੜੇ ਸਾਨੂੰ ਵੀਡੀਓ ਬਣਾ ਕੇ ਭੇਜਦੇ ਨੇ ਲੋਕ ਅਸੀਂ ਦਾ ਖਾਸ ਤੌਰ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਬੱਚੇ ਜਿਹੜੇ ਹੈਗੇ ਨੇ ਉਹ ਦੱਸਦੇ ਨੇ ਵੀ ਬੱਚਾ 8 ਸਾਲ, 1.5 ਸਾਲ ਦਾ, 2 ਸਾਲ ਦੇ, 3 ਸਾਲ ਦੇ ਬੱਚੇ ਜਿਹੜੇ ਹੈਗੇ ਨੇ ਵੀ ਉਹ ਜਸ ਪੰਜਾਬੀ ਦਾ ਉਹਨਾਂ ਦਾ ਖਾਸ ਲਗਾਓ ਹੈਗਾ ਖਾਸ ਤੌਰ ਤੇ ਉਹ ਕਿਤੇ ਵੀ ਜਦੋਂ ਤੁਹਾਡੇ ਅ ਮਿਊਜ਼ਿਕ ਵਜਦਾ ਹੈ ਪ੍ਰੋਗਰਾਮ ਦਾ ਤਾਂ ਉਦੋਂ ਉਹ ਨੱਚਦੇ ਟੱਪਦੇ ਟੀਵੀ ਮੂਰੇ ਆ ਕੇ ਖੜ ਜਾਂਦੇ ਆ ਤੇ ਉੱਥੇ ਆ ਕੇ ਦੇਖਦੇ ਨੇ ਪ੍ਰੋਗਰਾਮ ਵੀ ਦੇਖਦੇ ਨੇ ਹੱਸਦੇ ਨੇ, ਖੇਡਦੇ ਨੇ, ਟੱਪਦੇ ਨੇ। ਚਲੋ ਬੜੀ ਚੰਗੀ ਗੱਲ ਹੈ ਤੇ ਉਹ ਕਹਿੰਦੇ ਵੀ ਦਿਨੇ ਵੀ ਜਦੋਂ ਐਡ ਆਉਂਦੀ ਆ ਉਦੋਂ ਵੀ ਬੱਚੇ ਟੀਵੀ ਵੱਲ ਨੂੰ ਭੱਜਦੇ ਨੇ, ਰੋਂਦੇ ਹੋਣ ਤਾਂ ਕਹਿੰਦੇ ਚੁੱਪ ਕਰ ਜਾਂਦੇ ਆ। ਇਹ ਰੋਟੀ ਨਹੀਂ ਖਾਂਦੇ ਟੀਵੀ ਮੂਰੇ ਬਿਠਾ ਕੇ ਰੋਟੀ ਖਾ ਲੀਦੀ ਆ ਚਲੋ ਜੀ ਇਹ ਰੱਬ ਦਾ ਸ਼ੁਕਰ ਆ ਬਹੁਤ-ਬਹੁਤ ਤੇ ਤੁਹਾਡਾ ਸਭ ਦਾ ਆਸ਼ੀਰਵਾਦ ਆ ਸਾਡੇ ਦਰਸ਼ਕਾਂ ਦਾ ਕਿ ਇਸ ਤਰ੍ਹਾਂ ਦਾ ਸਾਨੂੰ ਮਾਣ ਸਨਮਾਨ ਜਿਹੜਾ ਉਹ ਮਿਲਦਾ ਪਿਆਰ ਤੁਹਾਡਾ ਆਸ਼ੀਰਵਾਦ ਮਿਲਦਾ ਉਹਦੇ ਵਾਸਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਸੋ ਗੱਲ ਕਰੀਏ ਤਾਂ ਸਾਡੇ ਦੱਸ ਜੱਸ ਪੰਜਾਬੀ ਦੇ ਜਿਹੜੇ ਦਰਸ਼ਕ ਨੇ ਉਹ ਲਗਭਗ ਇਉਂ ਕਹਿ ਲਿਏ ਵੀ ਇੱਕ ਬੱਚਾ ਜਦੋਂ ਸੁਰਤ ਸੰਭਾਲਦਾ ਸਾਲ 2 ਸਾਲ 3 ਸਾਲ ਦੇ ਤੋਂ ਲੈ ਕੇ ਤੇ ਪਰਮਾਤਮਾ ਲੰਬੀ ਉਮਰ ਕਰੇ ਸਭਨਾਂ ਦੀ ਜਿਹੜਾ ਕੋਈ 100 ਸਾਲ ਦੇ ਹੈਗੇ ਨੇ ਵੱਡੀ ਉਮਰ ਵਾਲੇ ਤਾਂ ਸਾਰੇ ਹੀ ਦੇਖਦੇ ਆ ਜੇ ਅਸੀਂ 40+ ਦੀ ਗੱਲ ਕਰੀਏ 40+ ਦੀ ਗੱਲ ਕਰੀਏ ਤਾਂ 40+ ਵਾਲੇ ਤਾਂ ਸਾਰੇ ਹੀ ਤਕਰੀਬਨ ਤਕਰੀਬਨ ਜਸ ਪੰਜਾਬੀ ਦੇ ਨਾਲ ਜੁੜੇ ਹੁੰਦੇ ਆ ਖਾਸ ਤੌਰ ਤੇ ਜਦੋਂ ਖਬਰਾਂ ਸ਼ੁਰੂ ਹੁੰਦੀਆਂ ਉਦੋਂ ਤੋਂ ਨਾਲ ਜੁੜੀ ਜਾਂਦੇ ਨੇ ਤੇ ਰਾਤੀ 10 ਵਜੇ ਤੱਕ ਪ੍ਰੋਗਰਾਮ ਦੇਖ ਕੇ ਸਾਡੇ 10 ਵਜੇ 20 ਜਿਹੜੀਆਂ ਖਬਰਾਂ ਆਉਂਦੀਆਂ ਨੇ ਰਿਪੀਟ ਉਹ ਦੇਖ ਕੇ ਤੇ ਫਿਰ ਲਗਭਗ 1:30 10 ਵਜੇ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਲੋਕ ਆਪੋ ਆਪਣੇ ਬਿਸਤਰਿਆਂ ਦੇ ਵੱਲ ਜਾਂਦੇ ਨੇ ਸੋ ਗਰਮੀ ਕਾਫੀ ਹੋ ਗਈ ਕੈਲੀਫੋਰਨੀਆ ਵਿੱਚ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਧਿਆਨ ਰੱਖੋ ਦੂਜੀ ਬੇਨਤੀ ਮੇਰੀ ਜਿਹੜੀ ਹੈਗੀ ਆ ਉਹ ਇਹ ਆ ਕਿ ਵੈਕਸੀਨ ਜਿਹੜੀ ਹੈਗੀ ਆ ਉਹ ਤੜਾ ਤੜ ਸ਼ੁਰੂ ਹੋ ਗਈ ਹੈ ਮੇਰੇ ਖਾਲ 12 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਵੀ ਸ਼ੁਰੂ ਹੋ ਗਈ ਹੈ ਸੋ ਉਹ ਤੜਾ ਤੜ ਜਿਹੜੀ ਲਵਾ ਸਕਦੇ ਉਹ ਲਵਾਈਏ ਤੇ ਤੀਜੀ ਇੱਕ ਖਬਰ ਮੈਨੂੰ ਅਜੋੜ ਦੀ ਗੁੱੜ ਦੀ ਇਹ ਪਤਾ ਲੱਗੀ ਸੀ ਵੀ ਭਾਈ ਅਮਰੀਕਾ ਦੀ ਸਰਕਾਰ ਨੇ ਜੋ ਬਾਈਡਨ ਸਾਹਿਬ ਨੇ ਇੱਕ ਨਵਾਂ ਹੋਰ ਇੱਕ ਇੱਕ ਲਾਲ ਚ ਕਹਿ ਲਓ ਚਾਹੇ ਸਾਡੇ ਵਾਸਤੇ ਹੈਲਪ ਕਹਿ ਲਓ ਉਹ ਪਤਾ ਲੱਗਿਆ ਵੀ ਸ਼ੁਰੂ ਕੀਤੀ ਹੈ ਵੀ ਜਿਹੜੇ ਬੰਦੇ ਵੈਕਸੀਨ ਲਵਾ ਲੈਣਗੇ ਉਹਨਾਂ ਨੂੰ ਇੱਕ ਸਪੈਸ਼ਲ ਪੈਕੇਜ ਹੋਰ ਉਹਨਾਂ ਨੇ ਅਨਾਉਂਸ ਕੀਤਾ ਇਹ ਨਹੀਂ ਪਤਾ ਵੀ ਕਿੰਨਾ ਹੈਗਾ ਤੇ ਵੈਕਸੀਨ ਲਵਾਉਣ ਵਾਸਤੇ ਉਤਸ਼ਾਹਤ ਕਰਨ ਵਾਸਤੇ ਬੜੀ ਚੰਗੀ ਗੱਲ ਹੈ ਆਪਣੇ ਭਾਰਤ ਵਾਲਾ ਕੰਮ ਨਹੀਂ ਹੈਗਾ ਵੀ ਡਾਂਗਾ ਦੇ ਨਾਲ ਟੀਕੇ ਲਾਉਣੇ ਨੇ ਪਹਿਲੀ ਗੱਲ ਤਾਂ ਟੀਕੇ ਮਿਲਦੇ ਨਹੀਂ ਘੱਟ ਮਿਲਦੇ ਆ ਤੇ ਇੱਥੇ ਇਹ ਇੱਕ ਨਵੀਂ ਜਿਹੜੀ ਖਬਰ ਆਈ ਦੀ ਅਪਡੇਟ ਮੈਨੂੰ ਮਿਲੀ ਸੀ ਮੈਂ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਚੰਗੀ ਖਬਰ ਹੈ ਜੀ ਅਸੀਂ ਤਾਂ ਗੱਲ ਕਰੀਏ ਜੇ ਹੁਣ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦਾ ਵਾਹ ਵਾ ਸੁਖਣਾ ਜੇਬਾਂ ਦੇ ਵਿੱਚ ਚੰਗਾ ਰੌਣਕ ਮੇਲਾ ਰਿਹਾ ਸਭ ਦੇ ਔਰ ਜਿਨੇ ਵਿਚਾਰੇ ਨੇ ਕਦੇ ਮੇਰੇ ਵਰਗਾ ਬੂਟ ਵੀ ਪਹਿਲਾਂ 15 20 ਵਾਲੇ ਲੈਂਦਾ ਸੀ ਤੇ ਉਹ ਵੀ 50 60 ਵਾਲੇ ਬੂਟ ਲੈਣ ਲੱਪਿਆ 17 80 ਵਾਲੇ ਵੀ ਕਈ ਹੱਥ ਮਾਰ ਲੈਂਦੇ ਨੇ ਤੇ ਕਈਆਂ ਨੇ ਤੇ ਐਸਾ ਲਾਹਾ ਲਿਆ ਪੈਸਾ ਲੈ ਕੇ ਗਵਰਨਮੈਂਟ ਕੋਲ ਤੋਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਮਹਿੰਗੇ ਵਿੰਗੇ ਹੋਰ ਸਾਰਾ ਕੁਝ ਸਮਾਨ ਲਿਆ ਚਲੋ ਚੰਗੀ ਗੱਲ ਸਮਾਂ ਹੁੰਦਾ ਜੀ ਕਈ ਇਹ ਕਹਿ ਸਕਦੇ ਆ ਜਿਵੇਂ ਅਸੀਂ ਅਕਸਰ ਕਹੀਦਾ ਕਿਸੇ ਨੂੰ ਮਹਸਵਾਦੀ ਤੇ ਕਿਸੇ ਨੂੰ ਮਹਾਬਾਦੀ ਸੋ ਜਿਨ੍ਹਾਂ ਤੇ ਕਰੋਨਾ ਭਾਰੀ ਪਿਆ ਉਹਨਾਂ ਵਾਸਤੇ ਤਾਂ ਜ਼ਿੰਦਗੀ ਭਰ ਜਿਹੜਾ ਘਾਟਾ ਪਰਿਵਾਰਾਂ ਦਾ ਪਰਿਵਾਰਕ ਮੈਂਬਰਾਂ ਦਾ ਪੂਰਾ ਨਹੀਂ ਹੋ ਸਕਦਾ ਪਰ ਜਿੰਨਾਂ ਤੇ ਕੋਈ ਐਹੋਜੀ ਨੌਬਤ ਨਹੀਂ ਆਈ ਪਰ ਉਹਨਾਂ ਨੂੰ ਪੈਸਾ ਅਮਰੀਕਾ ਦੀ ਗੱਲ ਕਰੀਏ ਤਾਂ ਵਾਵਾ ਆ ਗਿਆ ਉਹਨਾਂ ਨੂੰ ਮਾਂ ਜਿਹੜੇ ਨੇ ਉਹ ਸੁਆਦੀ ਨੇ ਬਾਅਦ ਚ ਚਾਹੇ ਬਾਇ ਕਰਨ ਪਰ ਇੱਕ ਵਾਰੀ ਸੁਆਦੀ ਨੇ ਅੱਜ ਗੱਲ ਕਰੀ ਦੀ ਹੈ ਜੀ ਕੁਝ ਸਵਾਲ ਲੈ ਕੇ ਆਈ ਦੇ ਤੁਹਾਡੇ ਰੂਬਰੂ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੀਦੀ ਹੈ ਕੁਝ ਹਲਕਾ ਫੁਲਕਾ ਰੰਗ ਉਹਨਾਂ ਚੋਂ ਕੱਢਣ ਦੀ ਕੋਸ਼ਿਸ਼ ਕਰੀਦੀ ਹੈ ਸੋ ਅੱਜ ਵੀ ਕੋਸ਼ਿਸ਼ ਕਰਦੇ ਆਂ ਜੀ ਐ ਅਮਰਜੋਤ ਕੌਰ ਧਾਮੀ ਮਿਰਵਾਕੀ ਤੋਂ ਇਕ ਸਾਨੂੰ ਜਿਹੜੇ ਜ਼ਿਆਦਾ ਸਵਾਲ ਪੁੱਛਦੇ ਨੇ ਉਹ ਲੋਕ ਪੁੱਛਦੇ ਨੇ ਆਮ ਲੋਕਾਂ ਦਾ ਵੀ ਕਦੇ-ਕਦੇ ਗਾਹੇ-ਵਗਾਹੇ ਕੋਈ ਨਾ ਕੋਈ ਸਵਾਲ ਆ ਜਾਂਦਾ ਕੋਈ ਨਾ ਕੋਈ ਗੱਲ ਮੈਸੇਜ ਟੈਕਸਟ ਮੈਸੇਜ ਆ ਜਾਂਦਾ ਪਰ ਜ਼ਿਆਦਾ ਲੋਕ ਜਿਹੜੇ ਸਾਨੂੰ ਮਿਲੇ ਹੁੰਦੇ ਆ ਜਦੋਂ ਅਸੀਂ ਫੀਲਡ ਦੇ ਵਿੱਚ ਜਾਂਦੇ ਆ ਤਾਂ ਬੜਾ ਚੰਗਾ ਲੱਗਦਾ ਫੀਲਡ ਦੇ ਵਿੱਚ ਜਾ ਕੇ ਬਹੁਤ ਸਾਰੀ ਫੀਡਬੈਕ ਸਾਨੂੰ ਪ੍ਰੋਗਰਾਮਾਂ ਦੀ ਮਿਲਦੀ ਹੈ ਬਹੁਤ ਸਾਰੇ ਨਵੇਂ ਸੁਝਾਅ ਮਿਲਦੇ ਨੇ ਫਿਰ ਉੱਥੇ ਜਿਹੜੇ ਲੋਕ ਮਿਲਦੇ ਨੇ ਸਾਨੂੰ ਉਹਨਾਂ ਦੇ ਵਿੱਚੋਂ ਵੀ ਖਾਸ ਤੌਰ ਤੇ ਕਈ ਉਹਨਾਂ ਨੂੰ ਹੁੰਦਾ ਵੀ ਯਾਰ ਅਸੀਂ ਵੀ ਸਵਾਲ ਪੁੱਛ ਕੇ ਸਾਡਾ ਵੀ ਨਾਂ ਜਿਹੜਾ ਉਬੀ ਅਸੀਂ ਜਸ ਪੰਜਾਬੀ ਤੋਂ ਬੋਲੀਏ ਸੋ ਇਹਨਾਂ ਦਾ ਸਵਾਲ ਹੈਗਾ ਜੀ ਸੁਣਿਆ ਹੈ ਕਿ ਰੱਬ ਸੱਚੇ ਦਿਲ ਨਾਲ ਮੰਗਣ ਵਾਲਿਆਂ ਨਾਲ ਰੱਬ ਕੋਲੋਂ ਸੱਚੇ ਦਿਲ ਨਾਲ ਮੰਗਣ ਵਾਲਿਆਂ ਨੂੰ ਸਭ ਕੁਝ ਮਿਲ ਜਾਂਦਾ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਦੱਸੋ ਮੈਂ ਸੱਚੇ ਦਿਲ ਨਾਲ ਕਿਵੇਂ ਮੰਗਾ ਯਾਨੀ ਕਿ ਸੱਚੇ ਦਿਲ ਨਾਲ ਕਿਵੇਂ ਮੰਗਣਾ ਚਾਹੀਦਾ ਹੈ ਦੇਖੋ ਜੀ ਇਹਦੇ ਵਿੱਚ ਮੈਂ ਤਾਂ ਕੀ ਦੱਸ ਸਕਦਾ ਹਰ ਇੱਕ ਦਾ ਮੰਗਣ ਦਾ ਆਪਣਾ ਤਰੀਕਾ ਰੱਬ ਕੋਲੋਂ ਖਾਸ ਤੌਰ ਤੇ ਗੱਲ ਕਰੀਏ वैसे तो गुरदास मान ਦਾ ਇਹ ਗੀਤ ਹੈਗਾ ਅਸੀਂ ਮੱਥਾ ਟੇਕ ਕੇ ਦਸਾਂ ਰੁਪਈਆਂ ਦਾ ਮੁੱਲ ਮੰਗਦੇ ਰੱਬ ਕੋਲ ਥਈਆਂ ਦਾ ਵੀ ਦਸਾਂ ਰੁਪਈਆਂ ਦਾ ਮੱਥਾ ਟੇਕ ਕੇ ਤੇ ਇੱਥੇ ਤਖਾਸ ਤੌਰ ਤੇ ਡਾਲਰ ਦੀ ਗੱਲ ਕਰਦੇ ਆਂ ਤੇ ਉਦੋਂ ਬਾਅਦ ਵਾਵਾ ਸਾਰੀ ਉਮੀਦ ਰੱਖਦੇ ਰੱਬ ਕੋਲੇ ਤੇ ਅਰਦਾਸ ਵਾਵਾ ਵੱਡੀ ਸਾਰੀ ਕਰਦੇ ਆਂ ਵੀ ਵਾ ਰੱਬ ਜੀ ਸਾਡੀ ਇਹ ਅਰਦਾਸ ਪੂਰੀ ਕਰੋ ਆਪੋ ਆਪਣਾ ਤਰੀਕਾ ਹੁੰਦਾ ਤੇ ਇੱਕ ਬੰਦਾ ਕਹਿੰਦੇ ਖੜਾ ਸੀ ਤਾਹਾਨੂੰ ਹੱਥ ਜੋੜ ਕੇ ਤੇ ਉਹਨੂੰ ਪੁੱਛਿਆ ਵੀ ਤੂੰ ਤਾਹਾਨੂੰ ਹੱਥ ਜੋੜ ਕੇ ਕਿਉਂ ਖੜਾ ਹੈ ਕੀ ਮੰਗ ਰਿਹਾ ਰੱਬ ਕੋਲੋਂ ਉਹ ਕਹਿੰਦਾ ਜੀ ਮੈਂ ਰੱਬ ਕੋਲੋਂ ਕੁਝ ਨਹੀਂ ਮੰਗ ਰਿਆ ਮੈਂ ਜਿਹੜੇ ਸਾਡੇ ਮੁਲਕ ਦੇ ਭਾਰਤ ਦੇ 33 ਕਰੋੜ ਦੇਵੀ ਦੇਵਤੇ ਨੇ ਮੈਂ ਸਿਰਫ ਉਹਨਾਂ ਅੱਗੇ ਹੱਥ ਜੋੜ ਕੇ ਉਹਨਾਂ ਕੋਲੋਂ ਮੰਗ ਰਿਆ ਵੀ ਮੈਨੂੰ ਸਾਰੇ ਜਾਣੇ ਇੱਕ ਇੱਕ ਡਾਲਰ ਦੇ ਦਿਓ ਬਸ ਇੱਕ ਇੱਕ ਡਾਲਰ ਦੇ ਦਿਓ ਪਤੰਦਰ ਕਿਹਦਾ ਹੈਗਾ 33 ਕਰੋੜ ਹੋ ਗਿਆ 33 ਕਰੋੜ ਦਾ ਜੋ ਮਰਜ਼ੀ ਕਰੀਏ ساری ਜ਼ਿੰਦਗੀ ਵਧੀਆ ਲੰਘਦੀ ਆ ਸੋ ਇਹ ਗੱਲ ਬਿਲਕੁਲ ਸਹੀ ਹੈ ਮੈਂ ਵਧੀਆ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰੂੰਗਾ ਵੈਸੇ ਬਿਲਕੁਲ ਸਹੀ ਹੈ ਕਿ ਰੱਬ ਕਹਿੰਦੇ ਕੁਝ ਵੀ ਸੱਚੇ ਦਿਲੋਂ ਮੰਗੀਏ ਮਿਲਦਾ ਹੈ ਇੱਕ ਕਿਸੇ ਕੁੜੀ ਨੇ ਅਰਦਾਸ ਕੀਤੀ ਰੱਬ ਅੱਗੇ ਕਿ ਮੇਰੇ ਮਾਪਿਆਂ ਨੂੰ ਇੱਕ ਸੋਹਣਾ ਜਿਹਾ ਚੰਗਾ ਜਿਹਾ ਪੜਿਆ ਲਿਖਿਆ ਜਵਾਈ ਮਿਲ ਜਾਵੇ ਉਹਨੇ ਅਰਦਾਸ ਕੀਤੀ ਵੀ ਉਹਨੇ ਕਿਹਾ ਤੇ ਆਪਦਾ ਆਪਦਾ ਸੀ ਵੀ ਮੈਨੂੰ ਕੋਈ ਵਧੀਆ ਜੇ ਮੁੰਡਾ ਰੱਬ ਜੀ ਕੋਈ ਟਕਰਾਓ ਘਰਦਿਆਂ ਨੂੰ ਦਿਵਾਓ ਮੇਰਾ ਰਿਸ਼ਤਾ ਕਰਾਓ ਤੇ ਤਾਂ ਕਿ ਮੇਰਾ ਜੀਵਨ ਮੇਰਾ ਵਧੀਆ ਹੋ ਜਾਵੇ ਤੇ ਉਹ ਰੱਬ ਦੀ ਕਰਨੀ ਹੋਈ ਮੁਰਾਦ ਤਾਂ ਉਹਦੀ ਪੂਰੀ ਹੋਗੀ ਜੋ ਮੰਗਿਆ ਸੀ ਰੱਬ ਕੋਲੋਂ ਉਹਨੂੰ ਮਿਲ ਗਿਆ ਪਰ ਉਹਦਾ ਉਹਨੂੰ ਕੋਈ ਫਾਇਦਾ ਨਹੀਂ ਹੋਇਆ ਉਹਦੀ ਭੈਣ ਜਿਹੜੀ ਸੀਗੀ ਉਹਨੂੰ ਰਿਸ਼ਤਾ ਆ ਗਿਆ ਕਿਸੇ ਵਧੀਆ ਮੁੰਡੇ ਦਾ ਸੋਖਰੀ ਮੇਰੇ ਮੰਗਣ ਲੱਗੇ ਵੀ ਅਸੀਂ ਕਰ ਜਾਈਏ ਪਰ ਅਸਲ ਦੇ ਵਿੱਚ ਇਹ ਹੈ ਮੈਂ ਨਹੀਂ ਕਹਿੰਦਾ ਸਿਆਣੇ ਕਹਿੰਦੇ ਨੇ ਸੱਚੇ ਦਿਲੋਂ ਭਾਵ ਇਹ ਹੈ ਵੀ ਜਦੋਂ ਅਸੀਂ ਕਰਕੇ ਪਾਟੀ ਕੁਦਰ ਚੀਜ਼ ਮੰਗ ਲੈਣੇ ਜੀ ਮੈਂ ਬਾਬਾ ਜੀ ਆ ਦੇਖੋ ਜੀ ਮੱਥਾ ਟੇਕ ਕੇ ਅਰਦਾਸ ਕਰਦਾ ਜੀ ਮੈਂ ਗੱਡੀ ਮੇਰੇ ਕੋਲ ਛੋਟੀ ਹੈ ਤੇ ਗੱਡੀ ਵੱਡੀ ਸਾਰੀ ਦੇ ਦੇ ਦਿਓ ਤੇ ਇਹੋ ਜੀਆਂ ਗੱਲਾਂ ਮੇਰੇ ਖਿਆਲ ਵੀ ਸ਼ਾਇਦ ਅਰਦਾਸ ਦੇ ਵਿੱਚ ਹੁੰਦੀਆਂ ਵੀ ਹੋਣਗੀਆਂ ਪਰ ਉਸ ਤਰ੍ਹਾਂ ਨਹੀਂ ਅਸਲ ਦੇ ਵਿੱਚ ਪੂਰਾ ਵਿਸ਼ਵਾਸ ਕਰੀਏ ਜਦੋਂ ਉਦੋਂ ਹੀ ਸਾਰਾ ਕੁਝ ਮਿਰਕਲ ਮਿਲਦਾ ਸਿਆਣੇ ਕਹਿੰਦੇ ਆ ਸਿਆਣੇ ਕੀ ਇੱਕ ਮੈਨੂੰ ਕਿਸੇ ਦਾ ਮੈਸੇਜ ਮੇਰੇ ਤੇ ਇੱਕ ਬਹੁਤ ਵੱਡੀ ਮੁਸੀਬਤ ਪਈ ਸੀ ਇੱਕ ਸਮੇਂ ਤੇ ਮੈਨੂੰ ਇੱਕ ਮੈਸੇਜ ਆਇਆ ਸੀ ਮੈਂ ਬੜੀ ਜਗ੍ਹਾ ਉਹ ਮੈਸੇਜ ਸਾਂਝਾ ਕਰਤਾ ਮੈਂ ਕਿਤੇ ਵੀ ਬੈਠਿਆ ਉਹ ਮੈਸੇਜ ਸਾਂਝਾ ਕਰਦਾ ਜਿੱਥੇ ਵੀ ਬੰਦਾ ਕੋਈ ਮੈਨੂੰ ਡੋਲਦਾ ਮਿਲਦਾ ਮੈਂ ਉਹ ਮੈਸੇਜ ਸਾਂਝਾ ਕਰਦਾ ਜਿਸ ਮੈਸੇਜ ਨੇ ਮੈਨੂੰ ਬੜੀ ਤਾਕਤ ਕੀਤੀ ਸਾਡੇ ਇੱਕ ਉਥੇ ਬੰਦਾ ਸੀਗਾ ਅ ਕੁਰਾਲੀ ਦਾ ਸੀ ਮੁੰਡਾ ਡਾਕਟਰ ਪੇਸ਼ੇ ਵਜੋਂ ਉਹਨੂੰ ਗੱਡੀ ਲੈ ਲਈ ਕਿਤੇ ਉਹਨੇ ਗੱਡੀ ਜਦੋਂ ਵੇਚੀ ਤੇ 50000 ਰੁਪਏ ਦਾ ਘਾਟਾ ਪੈ ਗਿਆ ਉਹ ਮੇਰ ਕੋ ਭਾਜੀ ਰੋਜ ਭਾਜੀ ਆਏ ਹਾਏ ਮੈਂ ਤਾਂ ਮਰ ਗਿਆ ਮੇਰੇ ਤੇ ਰਾਤ ਨੂੰ ਭਾਰ ਪੈਂਦਾ ਮੇਰੇ ਤਾਂ ਛਾਤੀ ਤੇ ਆ ਕੇ ਕੋਈ ਜੰਮਦੂਤ ਬਹਿ ਜਾਂਦਾ ਮੇਰੇ ਤਾਂ ਸਾਹ ਕੱਢ ਦੇਣਾ ਮੈਂ ਤਾਂ ਆਹ ਕੱਢ ਦੇਣਾ ਉਹਨੂੰ ਮੈਂ ਫਿਰ ਉਹ ਗੱਲ ਦੱਸੀ ਤੇ ਉਸ ਤੋਂ ਬਾਅਦ ਉਹਦੇ ਜਮਦੂਦ ਜਿਹੜਾ ਛਾਤੀ ਤੇ ਬੈੰਦਾ ਸੀ ਤੇ ਸਾਰੇ ਉਹਦੇ ਭੱਜ ਗਏ ਸੀ ਅਸਲ ਦੇ ਵਿੱਚ ਜਿਹੜੇ ਮੰਗਣ ਦੀ ਗੱਲ ਕਰਦੇ ਉਹ ਕਹਿੰਦੇ ਇੱਕ ਕੁੜੀ ਕੋਈ 6-7 ਸਾਲ ਦੀ ਆਪਣੇ ਪਿਓ ਦੇ ਨਾਲ ਕਿਸੇ ਲੱਕੜੀ ਦੇ ਛੋਟੇ ਜਿਹੇ ਪੁਲ ਉੱਪਰੋਂ ਲੰਘ ਰਹੀ ਸੀ ਛੋਟੇ ਜਿਹੇ ਪੁਲ ਉੱਪਰੋਂ ਲੰਘ ਰਹੀ ਸੀ ਤੇ ਤੂਫਾਨ ਆ ਗਿਆ ਹਨੇਰੀ ਆ ਗਈ ਜਿਵੇਂ ਅੱਜ ਕੱਲ੍ਹ ਵਾਵਾ ਚੱਲਦੀਆਂ ਹਨੇਰੀਆਂ ਧੂਰੀਆਂ ਨੇਰੀ ਆ ਗਈ ਤੇ ਕੁੜੀ ਦਾ ਪਿਓ ਕਹਿੰਦਾ ਉਸ ਬੱਚੀ ਦਾ ਪਿਓ ਕਹਿੰਦਾ ਵੀ ਪੁੱਤਰ ਤੂੰ ਮੇਰੀ ਉਂਗਲ ਫੜ ਲੈ ਤੂਫਾਨ ਬਹੁਤ ਹੈ ਕਿਤੇ 19 21 ਨਾ ਹੋ ਜਾਏ ਤੇ ਉਂਗਲ ਕੁੱਟ ਕੇ ਫੜੀ ਛੱਡੀ ਨਾ ਕਿਤੇ ਤੂੰ ਗਵਾਟ ਨਾ ਜਾਵੇਂ ਲਓ ਜੀ ਉਹ 6 ਸਾਲ ਦੀ ਕੁੜੀ ਦਾ ਜਿਹੜਾ ਜਵਾਬ ਸੀ ਉਹ ਮੈਂ ਤਾਂ ਪੱਲੇ ਬੰਨਿਆ ਹੋਇਆ ਸਾਰੇ ਪੱਲੇ ਬੰਨ ਲੀਏ ਮੇਰਖਲ ਵਧੀਆ ਰਹੂਗਾ 6 ਸਾਲ ਦੀ ਕੁੜੀ ਦਾ ਜਵਾਬ ਸੀ ਆਪਦੇ ਪਿਓ ਨੂੰ ਚੰਗੇ ਪੱਲੇ ਸਿਆਣੇ ਬਿਆਣੇ ਪੜੇ ਲਿਖਣ ਨੂੰ ਵੀ ਪਾਪਾ ਜੇ ਮੈਂ ਤੁਹਾਡੀ ਉਂਗਲ ਫੜੀ ਮੈਂ ਛੂਟੀ ਆ ਮੈਂ ਕਮਜ਼ੋਰ ਆ ਮੇਰੇ ਕੋਲ ਤੁਹਾਡੀ ਉਂਗਲ ਛੁੱਟ ਸਕਦੀ ਐ ਤੁਸੀਂ ਮੇਰੀ ਗੁੱਟ ਫੜੋ ਤੁਸੀਂ ਮੇਰੀ ਬਾਹ ਫੜੋ ਤੇ ਮੈਨੂੰ ਵਿਸ਼ਵਾਸ ਆ ਵੀ ਦੁਨੀਆ ਦੇ ਜਿੰਨੇ ਮਰਜੀ ਤੂਫਾਨ ਆਈ ਜਾਣ ਤੇ ਮੈਨੂੰ ਮੈਂ ਗਵਾਜ ਨਹੀਂ ਸਕਦੀ ਸੋ ਸਹੀ ਮੰਗਣਾ ਕਿਵੇਂ ਮੰਗਣਾ ਹੁਣ ਮੇਰੇ ਖਿਆਲ ਸਾਡੇ ਦਰਸ਼ਕ ਸਮਝ ਹੀ ਗਏ ਹੁਣ ਜਿੰਨਾ ਸਵਾਲ ਆ ਖਾਸ ਤੌਰ ਤੇ ਅਮਰਜੋਤ ਕਤਾ ਮੀ ਦਾ ਕਿ ਸਮਝ ਹੀ ਗਏ ਹੋਣੇ ਜੀ ਵੀ ਬਾਹ ਫੜਾਓ ਬਾਕੀ ਸਾਰਾ ਕੁਝ ਆਪੇ ਮਿਲਦਾ ਅਗਲਾ ਹੈ ਜੀ ਬਲਵਿੰਦਰ ਸਿੰਘ ਕਾਕਾ ਬ੍ਰੈਂਪਟਨ ਤੋਂ ਇਹ ਇਹ ਵਿਸ਼ਾ ਵੀ ਰੱਖਣਾ ਬੰਦ ਦਾ ਫੇਰ ਰੱਖਾਂਗੇ ਕਿਸ ਦਿਨ ਅੱਜ ਵੀ ਵਿਸ਼ਾ ਮੇਰਾ ਵਧੀਆ ਵੈਸੇ ਤਾਂ ਢੇੜ ਛੜੇ ਮੈਨੂੰ ਮੇਰੇ ਬਹੁਤ ਵਧੀਆ ਲੱਗਦਾ ਵਿਸ਼ਾ ਕਿਉਂਕਿ ਜਿਹੜੇ ਸੱਚੇ ਸੱਚੀ ਸਾਡੇ ਵਿੱਚੋਂ ਗੱਲਾਂ ਨਿਕਲਦੀਆਂ ਨੇ ਮੈਨੂੰ ਤੁਸੀਂ ਦੱਸ ਦਿਓ ਕੋਈ ਵਿਸ਼ਾ ਤਾਂ ਉਹ ਜ਼ਿਆਦਾ ਵਧੀਆ ਹੁੰਦੇ ਆ ਇਹ ਕਹਿੰਦੇ ਨੇ ਜੀ ਕਹਿੰਦੇ ਆ ਕਿ ਬੱਚੇ ਦੇਸ਼ ਦਾ ਭੁੱਖ ਹੁੰਦੇ ਆ ਅਕਸਰ ਸੁਣਦੇ ਸੀਗੇ ਨਿੱਕੇ ਹੁੰਦੇ ਵੀ ਬੱਚੇ ਦੇਸ਼ ਦਾ ਭੁੱਖ ਹੁੰਦੇ ਨੇ ਪਰ ਪੰਜਾਬ ਦੇ ਸਾਰੇ ਬੱਚੇ ਅੱਜ ਕੱਲ ਬਾਹਰਲੇ ਮੁਲਕਾਂ ਨੂੰ ਭੱਜੇ ਜਾਂਦੇ ਆ ਤੇ ਪੰਜਾਬ ਦਾ ਭਵਿੱਖ ਕੀ ਹੋਊਗਾ ਬਹੁਤ ਜ਼ਬਰਦਸਤ ਸਵਾਲ ਹੈ ਪੰਜਾਬ ਦਾ ਭਵਿੱਖ ਕੀ ਹੋਗਾ ਤੁਹਾਡੇ ਕੋ ਵੀ ਕਿਸੇ ਵੇਲੇ ਪੁੱਛਾਂਗੇ ਪਰ ਅੱਜ ਦੀ ਜੇ ਗੱਲ ਕਰੀਏ ਬੱਚੇ ਕਹਾਂ ਜਾਂਦਾ ਸੀ ਮੈਨੂੰ ਨਹੀਂ ਲੱਗਦਾ ਵੀ ਅੱਜ ਬੱਚੇ ਕਹਿੰਦੇ ਸੀ ਬੱਚੇ ਭਵਿੱਖ ਦੇ ਨੇਤਾ ਵੀ ਕਹੇ ਜਾਂਦੇ ਸੀ ਅੱਜ ਦੇ ਬੱਚੇ ਕੱਲ ਦੇ ਨੇਤਾ ਤੇ ਹੁਣ ਉਹ ਚੀਜ਼ਾਂ ਮੇਨਾਂ ਦਾ ਪਿਆਰੇ ਪੁਰਾਣੀਆਂ ਹੋ ਗਈਆਂ ਜਾਂ ਉਹਨਾਂ ਦਾ ਕੋਈ ਬਾਲਾ ਮਾਇਨਾ ਨਹੀਂ ਰਹਿ ਗਿਆ ਤੇ ਅੱਜ ਦੇ ਬੱਚੇ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਪੰਜਾਬ ਦੇ ਇਹ ਐਸੇ ਇਲਾਕੇ ਵੀ ਹੈਗੇ ਨੇ ਤੁਸੀਂ ਜਾਣਦੇ ਹੋਵੋਗੇ ਚੰਗੀ ਤਰ੍ਹਾਂ ਕਿ ਜਿਨ੍ਹਾਂ ਦੇ ਵਿੱਚ ਬੱਚਾ ਜਦੋਂ ਜੰਮਦਾ ਹੈ ਉਹਦਾ ਨਾਂ ਬਾਅਦ ਦੇ ਵਿੱਚ ਰੱਖਦੇ ਹਜੇ ਤੇ ਪਾਸਪੋਰਟ ਬਣਾਉਣ ਬਾਰੇ ਪਹਿਲਾਂ ਏਜੰਟ ਨੂੰ ਕਹਿੰਦੇ ਵੀ ਭਾਈ ਆਪਣੇ ਆ ਗੁੱਡੀ ਪੈਦਾ ਹੋਈ ਹੈ ਤੇ ਪਾਸਪੋਰਟ ਇਹਦਾ ਹੁਣ ਤੂੰ ਬਣਾਉਣਾ ਤੇ ਕਾਗਜ਼ ਕੂ ਤਿਆਰ ਕਰ ਲੈ ਨਾਂ ਤੈਨੂੰ ਦੱਸ ਦਿੰਦੇ ਤਿਆਰ ਕੇ ਸੋ ਇਹਦਾ ਕਾਰਨ ਆਪਾਂ ਨੂੰ ਪਤਾ ਹੀ ਹੈ ਬਹੁਤ ਵਾਰੀ ਡਿਸਕਸ ਕੀਤਾ ਹੈ ਪੁਵਖ ਪੰਜਾਬ ਦਾ ਕੀ ਹੋਊਗਾ ਬਾਹਰਲੇ ਮੁਲਕਾਂ ਨੂੰ ਕਿਉਂ ਭਜਦਿਆਂ ਸਿਸਟਮ ਤੋਂ ਦੁਖੀ ਹੋਗੇ ਸਾਰੇ ਅਸੀਂ ਉੱਥੇ ਭਜਦੇ ਆ ਸੋ ਇਸ ਕਰਕੇ ਇਹ ਪੁਵਖ ਜਿਹੜਾ ਇਹ ਅਸੀਂ ਕਿਸੇ ਦਿਨ ਤੁਹਾਨੂੰ ਪੁੱਛਾਂਗੇ ਪੰਜਾਬ ਦਾ ਪੁਵਖ ਕੀ ਹੋਊਗਾ ਲੋ ਜੀ ਅਗਲਾ ਹੈਗਾ ਜੀ ਸੁਖਦੇਵ ਸਿੰਘ ਬੁਲੀਨਾ ਕਾਲਾ ਮਾਜੂ ਮਿਸ਼ੀਗਨ ਇਹ ਵੀ ਅਸੀਂ ਗਏ ਸੀ ਤੇ ਸਾਨੂੰ ਉੱਥੇ ਸਟੋਰ ਤੇ ਭਾਈ ਸਾਹਿਬ ਮਿਲੇ ਸੀਗੇ ਵਧੀਆ ਰੰਗੀਲੇ ਬੰਦੇ ਸੀ ਉਹਨਾਂ ਨੇ ਪੁੱਛਿਆ ਵੀ ਕੀ ਪੰਜਾਬ ਦੇ ਵਿੱਚ ਵੀ ਡਰਿੰਕ ਐਂਡ ਡਰਾਈਵ ਦਾ ਕੋਈ ਚਲਾਨ ਹੈਗਾ ਕਿ ਜਦ ਪਹਿਲਾਂ ਮੰਗੀ ਕੰਮ ਚੱਲਦਾ ਰੱਬ ਆਸਰੇ ਹੈਗਾ ਪੰਜਾਬ ਦੇ ਵਿੱਚ ਸਾਰਾ ਕੁਝ ਹੀ ਹੈ ਜੀ ਸਾਰਾ ਕੁਝ ਹੀ ਹੈ ਕਾਨੂੰਨ ਉਹੀ ਹੈ ਜੀ ਜਿਹੜੇ ਇੱਥੇ ਨੇ ਸਾਰੇ ਕਾਨੂੰਨ ਸਾਰੇ ਹੀ ਉਹ ਆ ਗੱਲ ਇਹ ਆ ਵੀ ਉੱਥੇ ਮਨਾਉਣ ਵਾਲਾ ਹੈ ਨਹੀਂ ਮਨਾਉਣ ਵਾਲੇ ਆਪ ਕਾਨੂੰਨ ਪਹਿਲਾਂ ਤੋੜਦੇ ਤੇ ਫਿਰ ਬਾਅਦ ਦੀ ਗੱਲ ਕਰਦੇ ਤੁਸੀਂ ਕਾਨੂੰਨ ਦੀ ਗੱਲ ਕੀਤੀ ਤੇ ਉੱਥੇ ਜੇ ਕੋਈ ਬੰਦਿਆਂ ਨੂੰ ਦਰੂਦੂਰੂ ਪੀਂਦੇ ਦੇਖ ਲੈਣ ਪੁਲਿਸ ਵਾਲੇ ਤੇ ਆ ਕੇ ਰੋਕਦੇ ਨੇ ਗੱਡੀ ਦੇ ਵਿੱਚ ਬੜਾ ਦਬਕਾ ਮਾਰ ਕੇ ਤੁਹਾਨੂੰ ਪਤਾ ਨਹੀਂ ਵੀ ਪਬਲਿਕ ਪਲੇਸ ਤੇ ਪੀ ਨਹੀਂ ਸਕਦੇ ਉਹ ਕਹਿੰਦੇ ਜੀ ਦੱਸੋ ਫੇ ਕੀ ਕਰਨਾ ਕਰਨਾ ਕੀ ਹੈ ਸਾਨੂੰ ਵੀ ਨਾਲ ਪੈਗ ਲਵਾਓ ਇਹ ਹਾਲ ਆ ਉੱਥੇ ਡਰਿੰਕਿੰਗ ਡਰਾਈਵ ਦੀ ਗੱਲ ਕਰਦੇ ਪਿੱਛੇ ਬਹੁਤ ਦਿਨ ਪਹਿਲਾਂ ਅਖਬਾਰ ਦੇ ਵਿੱਚ ਵੀ ਆਈ ਸੀ ਪੰਜਾਬ ਦੇ ਵਿੱਚ ਵੀ ਉਹ ਪੋਪੂ ਦੇਤੇ ਜਿਹੜੇ ਮਸ਼ੀਨ ਟੈਸਟ ਕਰਨ ਵਾਲੀ ਹੁੰਦੀ ਆ ਫੂਕ ਮਾਰ ਕੇ ਤੇ ਉਹ ਰੈੱਡ ਤੇ ਪਹੁੰਚ ਜਾਂਦੀ ਸੂਈ ਜੀ ਉਹ ਪੰਜਾਬ ਦੇ ਵਿੱਚ ਵੀ ਕਹਿੰਦੇ ਆ ਗਏ ਕੋਈ ਬੰਦਾ ਵਿਚਾਰੇ ਦਾ ਸਕੂਟਰ ਕਿਤੇ ਪੱਥਰ ਪੁੱਤਰ ਤੋਂ ਹੋਇਆ ਤਾਂ ਡੋਲ ਗਿਆ ਤੇ ਪੁਲਿਸ ਵਾਲੇ ਨਾਕੇ ਤੇ ਰੋਕ ਲਿਆ ਵੀ ਇਹਨੇ ਪੀਤੀ ਹੋਈ ਹੈ ਤਾਂ ਹੀ ਡੋਲਿਆ ਉਹ ਜਦੋਂ ਰੋਕਿਆ ਤੇ ਉਹਦੇ ਫੂਕ ਫਾਗ ਮਰਵਾਏ ਤੇ ਵਿੱਚ ਖੁਸ਼ ਆਇਆ ਨਾ ਉਹ ਵੱਡਾ ਸਾਹਿਬ ਪਰੇ ਬੈਠਾ ਸੀ ਗੱਡੀ ਕੋਲੇ ਜਾ ਕੇ ਜਿਹੜਾ ਵੱਡਾ ਸਾਹਿਬ ਬੈਠਾ ਨਹੀਂ ਹੁੰਦਾ ਕੁਰਸੀ ਦੇ ਲੱਤਾਂ ਰੱਖ ਕੇ ਬੈਠਾ ਹੁੰਦਾ ਇੱਕ ਮੂਹਰੇ ਕੁਰਸੀ ਰੱਖ ਕੇ ਜਾਂ ਗੱਡੀ ਦੇ ਬੋਟ ਤੇ ਲੱਤਾਂ ਰੱਖ ਕੇ ਕੁਰਸੀ ਰੱਖ ਕੇ ਬੈਠਾ ਹੁੰਦਾ ਜਿਹਦੇ ਕੋਲ ਲੈ ਕੇ ਜਾਂਦੇ ਫੇਰ ਬਹੁਤ ਵਾਹ ਪਿਆ ਹੋਣਾ ਉਦੋਂ ਕੋ ਗਏ ਕਿ ਸਾਹਿਬ ਜੀ ਆਪਣਾ ਭੂਗੂ ਜਿਆ ਦਿੱਤਾ ਗਵਰਨਮੈਂਟ ਨੇ ਜਿਹੜਾ ਭੂਪਾ ਜਿਆ ਚੈੱਕ ਕਰਨ ਵਾਲਾ दारू ਤੇ ਇਹ ਆਪਣਾ ਗਲਤ ਹੈ ਸਹੀ ਨਹੀਂ ਹੈਗਾ ਇਹਨੇ ਬੰਦੇ ਨੇ दारू ਪੀਤੀ ਲੱਗਦੀ ਮੈਨੂੰ ਕੋ ਫੂਕਾ ਮਰਵਾਈਆਂ ਦੇ ਵਿੱਚ ਕੁਝ ਆ ਨਹੀਂ ਰਿਹਾ ਇਹ ਆਪਣੇ ਸਹੀ ਨਹੀਂ ਹੈ ਬਦਲਾਓ ਉਹ ਕਹਿੰਦਾ ਅੱਛਾ ਸਹੀ ਨਹੀਂ ਉਹਨੇ ਪਹਿਲਾਂ ਤਾਂ ਐ ਉਟਾ ਪਟਾ ਕੇ ਦੇਖਿਆ ਫਿਰ ਇਹ ਚ ਫੂਕ ਮਾਰੀ ਜ਼ੋਰ ਨਾਲ ਫੂਕ ਮਾਰੀ ਜਦੋਂ ਤੇ ਉਹ ਲਾਲ ਸੂਈ ਤਾਂਹੀਂ ਚੜ ਗਈ ਕਿਤੇ ਦੀ ਕਿਤੇ ਪਹੁੰਚ ਗਈ ਉਹ ਕਹਿੰਦਾ ਐਵੇਂ ਮਾਰੀ ਜਾਣਾ ਸਹੀ ਨਹੀਂ ਹੈ ਚੰਗਾ ਪਲਾਓ ਚੱਲ ਉਹਨੇ ਨਹੀਂ ਪੀਤੀ ਉਹਨੂੰ ਜਾਣਦੇ ਇਹ ਹਾਲ ਪੰਜਾਬ ਦਾ ਡਰਿੰਕ ਐਂਡ ਡਰਾਈਵ ਦਾ ਉਹ ਮੈਂ ਗਾਹਾਂ ਹੀ ਲੰਘ ਗਿਆ ਸਵਾਲ ਹਜੇ ਇੱਕ ਦੋ ਤੇ ਪਰ ਬ੍ਰੇਕ ਲੈਣੀ ਪੈਣੀ ਆ ਸਵਾਲਾਂ ਦਾ ਸਿਲਸਿਲਾ ਅਸੀਂ ਇੱਥੇ ਹੀ ਖਤਮ ਕਰਾਂਗੇ ਤੇ ਬ੍ਰੇਕ ਤੋਂ ਬਾਅਦ ਅੱਜ ਦਾ ਮੈਂ ਇੱਕ ਵਿਸ਼ਾ ਵੈਸੇ ਰੱਖੂੰਗਾ ਪਰ ਜੇ ਤੁਸੀਂ 84 ਦੀ ਕੋਈ ਗੱਲ ਕਰਨੀ ਤਾਂ ਮੈਂ ਇਹ ਚਾਹਾਂਗਾ ਵੀ ਜੇ ਜਾਣਕਾਰੀ ਸਾਡੇ ਦਰਸ਼ਕਾਂ ਕੋਲ ਅੱਜ ਬਾਰੇ ਹੈਗੀ ਆ ਅੱਜ ਮਤਲਬ 2 ਜੂਨ ਅੱਜ ਦੀ ਕੋਈ ਜਾਣਕਾਰੀ ਕਿਸੇ ਦਾ ਕੋਈ ਪੈਣ ਭਰਾ ਦੋਸਤ ਮਿੱਤਰ ਉੱਥੇ ਸੀਗਾ ਉਹਨੇ ਦੱਸੀ ਹੋਵੇ ਸੁਣੀ ਹੋਵੇ ਤਾਂ ਉਹ ਅਸੀਂ ਸਾਂਝੀ ਕਰ ਸਕਦੇ ਆ ਬਾਕੀ ਅਸੀਂ ਨਾਲ-ਨਾਲ ਰੋਜ਼ ਗੱਲ ਕਰਾਂਗੇ ਤੇ ਅੱਜ ਦਾ ਵਿਸ਼ਾ ਕਾਫੀ ਸਾਡੇ ਦਿਲਾਂ ਦੇ ਨੇੜੇ ਹੈਗਾ ਸਾਡੇ ਘਰਾਂ ਦੇ ਵਿੱਚੋਂ ਹੀ ਉਹ ਵਿਚਾ ਵਿਚਰਿਆ ਸੋਸ਼ਲ ਗੱਲਾਂ ਚ ਕਰੀਦੀ ਆ ਬ੍ਰੇਕ ਲੈਨੀ ਆ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਹਾਜ਼ਰਾ ਜੀ ਮੈਂ ਜਗਤਾਰ ਸਿੰਘ ਇੱਕ ਵਾਰ ਫਿਰ ਤੇ ਪ੍ਰੋਗਰਾਮ ਦੇ ਵਿਸ਼ੇ ਵੱਲ ਥੋੜਾ ਚੱਲਦੇ ਆ ਫਿਰ ਤੁਹਾਡੀਆਂ ਕਾਲਾਂ ਵੀ ਆਉਣੇ ਸ਼ੁਰੂ ਹੋ ਗਈਆਂ ਕੀ ਵਿਚਾਰ ਨੇ ਉਹ ਆਪਾਂ ਸੁਣਾਗੇ ਵਿਸ਼ਾ ਜਿਹੜਾ ਇਹ ਹੈ ਜੀ ਅਕਸਰ ਅਸੀਂ ਜੋ ਪੰਜਾਬ ਦੀ ਗੱਲ ਕਰ ਲਈਏ ਚਾਹੇ ਇਥੋਂ ਦੀ ਗੱਲ ਕਰ ਲਈਏ ਕਿਤੇ ਦੀ ਗੱਲ ਕਰ ਲਈਏ ਜਦੋਂ ਕੰਮਕਾਰ ਅਸੀਂ ਕਰਦੇ ਆ ਤੇ ਇਹ ਹੀ ਇੱਕ ਦਿਮਾਗ ਦੇ ਵਿੱਚ ਹੁੰਦਾ ਵੀ ਬੱਚਿਆਂ ਲਈ ਕਰ ਦਈਏ ਕੁਝ ਬੱਚਿਆਂ ਲਈ ਕਈ ਤਾਂ ਬਹੁਤ ਕੁਝ ਕਰ ਜਾਂਦੇ ਨੇ ਕਈ ਜਿਹੜੇ ਨੇ ਬੱਚੇ ਵੱਡੇ ਹੋ ਕੇ ਕਰਦੇ ਨੇ ਮਾਪੇ ਦੀ ਕਿਸਮਤ ਕਹਿ ਲੋ ਚਾਹੇ ਕੋਈ ਨਾ ਕੋਈ ਹਾਲਾਤ ਕਹਿ ਲੋ ਉਸ ਤਰ੍ਹਾਂ ਕੁਝ ਨਹੀਂ ਕਰ ਹੁੰਦਾ ਬਹੁਤ ਕੋਠੀਆਂ ਘਣੇ ਬਣਾਉਂਦੇ ਨੇ ਅਸੀਂ ਇਧਰਲੇ ਮੁਲਕਾਂ ਦੀ ਗੱਲ ਕਰਦੇ ਹਾਂ ਤੇ ਇਧਰਲੇ ਮੁਲਕਾਂ ਦੇ ਵਿੱਚ ਬੜਾ ਕੁਝ ਲੋਕਾਂ ਨੇ ਬਣਾਇਆ ਤੇ ਸਾਨੂੰ ਮੈਂ ਵਿਸ਼ਾ ਤੁਹਾਡਾ ਤਾਂ ਰੱਖਿਆ ਇੱਕ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਬੱਚੇ ਅਕਸਰ ਇਕੱਠੇ ਰਹਿੰਦੇ ਨੇ ਪਰ ਇਧਰ ਪਤਾ ਨਹੀਂ ਕੀ ਇਹੋ ਜੀ ਹਵਾ ਚੱਲੀ ਹੈ ਕਿ ਨਿਆਣੇ ਘਰ ਜਿਆ ਨਾਲ ਰਹਿ ਕੇ ਖੁਸ਼ੀ ਨਹੀਂ ਹੈਗੇ ਜੀ ਜੇ ਅਸੀਂ ਨਿਆਣੇ ਦੱਸਦੇ ਹਾਂ ਜੋਇੰਟ ਫੈਮਲੀਜ਼ ਹੁੰਦੀਆਂ ਸੀ ਇੰਨੇ ਦੇ ਪਰਿਵਾਰ ਦੇ ਮੈਂਬਰ ਹੁੰਦੇ ਸੀ ਉਹ ਯਕੀਨ ਨਹੀਂ ਮੰਨਦੇ ਪਹਿਲਾਂ ਅਸੀਂ ਇੱਕ ਗੱਲ ਕੀਤੀ ਸੀ ਕਿ ਬੱਚੇ ਪਹਿਲੀ ਗੱਲ ਤੇ ਘਰੇ ਰਹਿ ਕੇ ਰਾਜੀ ਨਹੀਂ ਪੜ੍ਹਾਈ ਕਰਕੇ ਉਸ ਸ਼ਹਿਰ ਦੇ ਵਿੱਚ ਰਾਜੀ ਨਹੀਂ ਇਹ ਵਧੀਆ ਕਾਲਜ ਹੈਗਾ ਯੂਨੀਵਰਸਿਟੀ ਵਧੀਆ ਜੇ ਸ਼ਹਿਰ ਤੋਂ ਰਹਿੰਦੇ ਹੋ ਤਾਂ ਉਹਨਾਂ ਕਿਸੇ ਦੂਜੇ ਸ਼ਹਿਰ ਦੇ ਵਿੱਚ ਜਾ ਕੇ ਐਡਮਿਸ਼ਨ ਲੈਣਾ ਜਿੱਥੇ ਹੋਸਟਲ ਵਿੱਚ ਰਹੀਏ ਉਹ ਵੀ ਚਲੋ ਗੱਲ ਹੈਗੀ ਆ ਬੱਚਿਆਂ ਦੇ ਅਸੀਂ ਕਹਿੰਦੇ ਮਰਜੀ ਆ ਉਦੋਂ ਬੱਚਿਆਂ ਦਾ ਵਿਆਹ ਵੀ ਹੋ ਜਾਂਦੇ ਤੇ ਘਰ-ਕੁਰਤਾ ਤਕੜੇ ਇੱਥੇ ਸਾਡੇ ਬਹੁਤ ਸਾਰੇ ਦੋਸਤ-ਮਿੱਤਰ ਐਸੇ ਹੈਗੇ ਕਿ ਜਿਨ੍ਹਾਂ ਨੇ ਉਦੋਂ 4-4 ਮਿਲੀਅਨ ਦੇ ਘਰ ਪਾਏ ਨੇ ਬੱਚਿਆਂ ਵਾਸਤੇ ਇਹ ਸਾਡੇ ਬੱਚੇ ਵਧੀਆ ਤਰੀਕੇ ਨਾਲ ਬੱਚਿਆਂ ਵਾਸਤੇ ਘਰ ਪਾ ਕੇ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਕੀ ਹੈ ਵਿਆਹ ਹੁੰਦਾ ਤੇ ਬੱਚਾ ਕਹਿੰਦਾ ਜੀ ਨਹੀਂ ਜੀ ਮੈਂ ਤਾਂ ਮੈਂ ਆਪਦੇ ਜਿਵੇਂ ਉਹ ਪ੍ਰਿੰਸ ਸਿਗਾ ਤੁਹ ਦਾ ਹੈਰੀ ਜੇ ਉਹ ਇਹਦਾ ਕਹਿ ਸਕਦਾ ਜੀ ਮੇਰਾ ਸ਼ਾਹੀ ਮੈਲ ਦੇ ਵਿੱਚ ਘਰ ਹੈ ਦਮ ਘੋਟਦਾ ਤੇ ਸਾਡੇ ਵੀ ਇੱਥੇ ਨਿਆਣੇ ਹੈਗੇ ਨਹੀਂ ਜੀ ਅਸੀਂ ਇੱਥੇ ਠੀਕ ਹੈ ਜੀ ਤੇ ਛੋਟਾ ਜਿਹਾ ਘਰ ਲਿਆ ਕੇ ਰੇ ਦੋ ਕਮਰੇ ਵਾਲੇ ਤਿੰਨ ਕਮਰੇ ਵਾਲੇ ਚ ਰਹਿੰਦੇ ਨੇ ਮੁੜ ਕੇ ਉਹ ਵੱਡਾ ਘਰ ਛੱਡ ਕੇ ਤੇ ਉੱਥੇ ਫੇ ਅਖੀਰ ਇਕੱਲੇ ਬੁੜਾ ਬੁੜੀ ਕੋਈ ਵਿਚਾਰੇ ਰਹਿੰਦੇ ਨੇ ਕਿਤੋਂ ਨੂੰ ਲੈ ਕੇ ਜਾਣੀ ਉਹਨਾਂ ਨੇ ਪ੍ਰਾਪਰਟੀ ਤੇ ਕਿੱਥੇ ਕੀ ਕਰਨਾ ਉਹਨਾਂ ਨੇ ਜਿਹੜਾ 2-4 ਮਿਲੀਅਨ ਲਾਇਆ ਹੋਇਆ ਇੱਕ ਘਰ ਦੇ ਉੱਪਰ ਚਲੋ ਇਹ ਵੀ ਗੱਲ ਛੱਡੋ ਦੂਜੀ ਗੱਲ ਇਹ ਹੈ ਕਿ ਕਈਆਂ ਨੇ ਬਹੁਤ ਸਾਰੀ ਜ਼ਮੀਨ ਜਾਇਦਾਦ ਬਣਾ ਬਹੁਤ ساری ਜ਼ਮੀਨ ਜਾਇਦਾਦ ਬਣਾ ਲਈ ਖੇਤੀਬਾੜੀ ਦਾ ਕੰਮ ਹੈ ਤੇ ਕਾਫੀ ਵਧੀਆ ਕੰਮ ਹੈ ਤੇ ਉਹ ਨਿਆਣੇ ਕਹਿੰਦੇ ਵੀ ਅਸੀਂ ਤਾਂ ਭਾਈ ਕਰਨੀ ਨਹੀਂ ਬਾਪੂ ਤੂੰ ਜਿੰਨੀ ਦੇਰ ਡਾੜੀ ਕਰਨੀ ਕਰਨੀ ਯੂ ਕਾ ਕਰੋ ਯੂ ਕੈਨ ਡੂ ਤੇ ਮੁੜ ਕੇ ਤਾਂ ਸਾਨੂੰ ਤਾਂ ਕੋਈ ਮਤਲਬ ਨਹੀਂ ਐਨਾ ਸੀ ਤਾਂ ਆਪਣੇ ਕਮਾਕਾਰ ਚ ਹੈਗੇ ਸੀ ਤਾਂ ਨੌਕ ਜੋਬ ਕਰਦੇ ਸਾਡੀ ਤਾਂ ਜੋਬ ਠੀਕ ਹੈ ਸਾਡੇ ਇੱਕ ਮਿੱਤਰ ਹੈਗੇ ਇੱਥੇ ਉਹਨਾਂ ਨੇ ਯਾਰ ਕਹਿੰਦੇ ਵੀ ਯਾਰ ਗਏ ਉਹਨਾਂ ਕੋਲ ਕਹਿੰਦਾ ਯਾਰ ਹੁਣ ਮੇਰੀ ਉਮਰ ਹੋ ਗਈ ਵਾਵਾ ਤੇ ਕੰਮ ਕਮੂ ਹੁੰਦਾ ਨਹੀਂ ਜ਼ਮੀਨਦਾਰ ਦਾ ਵਾਵਾ ਬਣਾ ਲਈ ਆ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਰਾਂ ਕੀ ਤੋ ਮੇਰਾ ਅੱਜ ਦਾ ਵਿਸ਼ਾ ਨਾਲ ਇਹ ਹੋਏਗਾ ਬਾਕੀ ਤੁਸੀਂ ਜੋ ਕਹਿਣਾ ਚਾਹੋ ਨਾ ਕਹਿ ਸਕਦੇ ਹੋ ਨਾਲ ਨਾਲ ਛੋਟਾ ਸ਼ਾਰਟ ਦੇ ਵਿੱਚ ਵਿਸ਼ਾ ਇਸ ਕਰਕੇ ਨੇਬੇੜਦਾ ਕਿ ਕਾਲਾਂ ਤਾਂ ਆ ਗਿਆ ਆਪਾਂ ਵੱਧ ਲੈ ਸਕੀਏ ਅੱਜ ਹਾਂਜੀ ਹੈਲੋ ਜੀ ਸਤਿ ਸ੍ਰੀ ਅਕਾਲ ਤੁਸੀਂ ਔਨ 에ਅਰ ਹੋ ਜੀ ਸਰਦਾਰ ਗੁਰਦੀਪ ਸਿੰਘ ਜੀ ਸੰਧਰ ਸਾਹਿਬ ਹਾਂਜੀ ਹਾਂਜੀ ਜੱਗੀ ਸਾਹਿਬ ਕਾਦੇ ਬਾਰੇ ਗੱਲ ਕਰਨੀ ਹੈ ਅੱਜ ਨਹੀਂ ਗੱਲ ਮੈਂ ਜਿਹੜੀ ਵੈਸੇ ਤਾਂ ਦੇਖੋ ਜੀ ਜਿਹੜੇ ਬੱਚਿਆਂ ਦੀ ਮੈਂ ਗੱਲ ਕੀਤੀ ਹੈ ਵੀ ਅਕਸਰ ਬਹੁਤ ਸਾਰੀ ਜਾਇਦਾਦ ਇੱਧਰ ਬਣਾ ਲੈਂਦੇ ਤੇ ਬੱਚੇ ਕਹਿੰਦੇ ਜੀ ਸਾਨੂੰ ਇਹਨਾਂ ਕੋਈ ਮਤਲਬ ਨਹੀਂ ਤੁਸੀਂ ਆਪਣਾ ਇਹਨੂੰ ਵੇਚੋ ਕਰੋ ਜੋ ਕਰੋ ਨਾ ਕਰੋ ਸਾਨੂੰ ਤਾਂ ਅਸੀਂ ਆਪਦੇ ਜੌਬ ਤੇ ਜਿਹੜੇ ਹੈਗੇ ਇਸਦਾ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣੀ ਆ। ਇਧਰਲੇ ਮੁਲਕਾਂ ਦੀ ਗੱਲ ਕਰੀਏ ਸਾਡੇ ਦਿੱਲੀ ਇੱਕ ਹੈਗੇ ਦੇ ਬੰਦੇ ਨਿਊਯਾਰਕ ਰਹਿੰਦੇ ਨੇ ਉਹਨਾਂ ਦੀ ਦਿੱਲੀ 8-9 ਕਰੋੜ ਦੀ ਪ੍ਰਾਪਰਟੀ ਹੈ। ਤੇ ਉਹ ਪਿਓ ਕਹਿੰਦਾ ਵੀ ਪੁੱਤ ਜਾ ਕੇ ਉਹਦਾ ਨਿਵੇੜਿਆ ਕੁਛ ਕਰ ਕੁਰੇ ਉਹਨੂੰ ਵੇਚ ਪੂਜਾ ਕਹਿੰਦਾ ਮੈਂ ਤਾਂ ਜਾਣਾ ਨਹੀਂ ਉਹ ਡੋਨੇਟ ਕਰ ਦੋ। ਇਹੋ ਜਿਹੇ ਜਿਹੜਾ ਘਰਾਂ ਦੇ ਵਿੱਚ ਮਾਹੌਲ ਹੈ ਬੰਦਾ ਸਾਰੀ ਉਮਰ ਟੁੱਟ ਟੁੱਟ ਮਰ ਜਾਂਦਾ ਜੀ ਬੱਚਿਆਂ ਲਈ ਕਰਦੇ ਬੱਚਿਆਂ ਲਈ ਕਰਦੇ ਤੇ ਬੱਚਾ ਬਾਅਦ ਵਿੱਚ ਕਹਿੰਦਾ ਜੀ ਨੇ ਮੈਨੂੰ ਤਾਂ ਤੇ ਇਹਦਾ ਮਤਲਬ ਹੀ ਕੋਈ ਨਹੀਂ ਤੁਹਾਡੀ ਇਸ ਚੀਜ਼ ਨਾਲ ਉਹਦੀ ਗੱਲ ਕਰਦੇ ਆਪਾਂ ਹਾਂ ਉਹ ਗੱਲ ਬਿਲਕੁਲ ਸਹੀ ਆ ਇਹ ਤੁਹਾਡੀ ਇਦਾਂ ਹੀ ਆ ਹਾਂ ਜੀ ਅ ਮੇਰੀ ਪ੍ਰਾਪਰਟੀ ਉੱਥੇ ਯੂਪੀ ਹੈਗੀ ਆ ਤੇ ਮੈਂ ਆਪਣੇ ਮੁੰਡੇ ਨਾਲ ਇੱਕ ਦਿਨ ਗੱਲ ਕੀਤੀ ਕਹਿੰਦਾ ਡੈਡੀ ਮੇਰੇ ਨਾਲ ਇਹ ਗੱਲ ਨਾਲ ਕਲੀ ਟੌਪਿਕ ਤੇ ਚਾਹੇ ਬੇਚੋ ਜੇ ਉਹ ਮਰਜ਼ੀ ਕਰੋ ਨਾ ਕਰੋ ਮੈਨੂੰ ਕੋਈ ਮਸਲਾ ਨਹੀਂ ਆ ਫਿਰ ਤੁਸੀਂ ਕੀ ਕਰੋਗੇ ਉਹਦਾ ਮੈਂ ਕੁਝ ਵੀ ਨਹੀਂ ਮੈਂ ਇਦਾਂ ਪਿੱਛੇ ਥੋੜੀ ਪੈਣਾ ਮੈਂ ਸਰੈਂਡਰਡ ਨਹੀਂ ਕੋਈ ਲੈ ਜਾ ਖਾ ਤੁਸੀਂ بیٹے ਨੂੰ ਮੈਂ ਕਿਉਂ ਮਾਰਾਂ ਮੈਂ ਆਪਣਾ ਦਿਮਾਗ ਕਿਉਂ ਕਰਾਂ ਨਹੀਂ ਨਹੀਂ ਤੁਸੀਂ بیٹے ਅੱਗੇ ਸਰੈਂਡਰ ਕਰਤਾ ਅਰੇ ਤਿੰਨਾਂ ਨੇ ਬੱਚਿਆਂ ਨੇ ਕਰਤਾ ਦੋ ਬੇਟੀਆਂ ਮਰੀ ਇੱਕ ਬਈ ਉਹ ਕਹਿੰਦੇ ਅਸੀਂ ਨਹੀਂ ਜਾਣਾ ਡੈਡੀ ਸਾਨੂੰ ਮੁੜ ਕੇ ਲੱਜ ਪੁੱਛਣਾ ਵੀ ਨਹੀਂ ਨਾ ਕਹਿਣਾ ਤੁਸੀਂ ਜੋ ਕਰਨਾ ਕਰੋ ਨਾ ਕਰੋ ਮੈਂ ਮੈਂ ਕਿਉਂ ਜਾਣਾ ਮੈਂ ਉੱਥੇ ਮਰਨ ਜਾਣਾ ਉੱਥੇ ਕਰੋਨਾ ਹੈ ਵੀ ਫਿਰ ਉਹ ਜਿਹੜੀ ਪ੍ਰਾਪਰਟੀ ਤੁਹਾਡੀ ਕਾਫੀ ਮਹਿੰਗੀ ਹੋਏਗੀ ਤੇ ਉਹਦਾ ਕੀ ਕਾਲੇ ਚੋਰ ਲੈ ਜਾਣ ਕਿਸੇ ਨੂੰ ਮੈਸ ਕਾ ਦਾਨ ਕਰ ਦਿਓ ਨਾ ਦਾਨ ਦਾਨ ਕਰਨੇ ਨੂੰ ਕੋਈ ਜਾਂਦਾ ਕੋਈ ਜਾਣ ਨੂੰ ਤਿਆਰ ਹੀ ਨਹੀਂ ਜੀ ਇਹ ਮੈਂ ਆਪ ਦੀ ਜਾਣ ਨੂੰ ਤਿਆਰ ਕਿਉਂਕਿ ਉੱਥੇ ਲੋਕ ਕਹਿੰਦੇ ਆ ਵੀ ਬੰਦੇ ਨੂੰ ਜਿਹੜੇ 12 ਜਾਂਦੇ ਮਾਰ ਮੂਰ ਵੀ ਦੰਦੇ ਆ ਉਹ ਜ਼ਮੀਨਾਂ ਬਦਲੇ ਜਾਂ ਕੋਸ਼ਿਸ਼ ਆ ਤੇ ਮੈਂ ਤਾਂ ਬਹੁਤ ਡਰਦਾ ਮੈਂ ਖਸਮਾਂ ਨੂੰ ਖਾਏ ਜਿੱਥੇ ਮਰਜ਼ੀ ਜਾਏ ਨਾ ਜਾਏ ਅੱਛਾ ਜੀ ਉਹ ਜਿਨ੍ਹਾਂ ਦੀ ਸੰਦਰ ਸਾਹਿਬ ਜਿਨ੍ਹਾਂ ਦੀ ਇੱਧਰ ਹੈਗੀ ਬਹੁਤ ਸਾਰੀ ਖੇਤਖੂਤ ਬਣਾਏ ਹੋਏ ਨੇ ਤੇ ਉਹ ਉਹਨਾਂ ਦਾ ਕੀ ਕਰਨਾ ਇਹ ਇਹ ਉਹ ਕੀ ਕਹਿੰਦਾ ਮੈਨੂੰ ਕਹਿੰਦਾ ਹੁਣ ਮੈਂ 5-4 ਸਾਲ ਹੋਰ ਕੰਮ ਕਰਨਾ ਯਾਰ ਮੈਨੂੰ ਹੁਣ ਇਹੀ ਸੋਚ ਲੱਗੀ ਮੈਂ ਇਹਨਾਂ ਦਾ ਕਰਾਂ ਮੇਰੇ ਇੱਕ ਜੇ ਨਾ ਫਰੈਂਡ ਦਾ ਆਇਆ ਕਹਿੰਦਾ ਯਾਰ ਮੇਰੇ ਮੁੰਡੇ ਬਿਲਕੁਲ ਗਾਰਨਿੰਗ ਕਰਦੇ ਵੀ ਮੇਰੀ ਤਾਂ ਜ਼ਮੀਨ ਵੀ ਉੱਥੇ ਗਰਦੀਪ ਸਿੰਘ ਕਾਫੀ ਆ ਤੇ ਮੈਂ ਪਿੱਛੇ ਜੇ ਗਿਆ ਵੀ ਕਹਿੰਦਾ ਮੈਨੂੰ ਜਿਹੜੇ ਠੇਕੇਦਾਰ ਦਿੱਤਾ ਸੀ ਜਿਨ੍ਹਾਂ ਉਹਨਾਂ ਨੇ ਮੈਨੂੰ ਕੁਝ ਨਹੀਂ ਦਿੱਤਾ ਮੈਂ ਕਿਸੇ ਹੋਰ ਨੂੰ ਦੇਖਿਆ ਉਹਨਾਂ ਵੀ ਐਵੇਂ ਹੀ ਮਾੜੇ ਜੂ ਪੁੱਟੇ ਪੈਸੇ ਦਿੱਤੇ ਯਾਨੀ ਇੱਧਰ ਲੈਣ ਦੀ ਜਿਹੜੀ ਉੱਧਰ ਜ਼ਮੀਨਾਂ ਜਮੂਨਾਂ ਹੈਗੀਆਂ ਉਹਨਾਂ ਨੂੰ ਉਹ ਛੱਡ ਹੀ ਦੇਣ ਤਾਂ ਚੰਗਾ ਆਪਣਾ ਆਪ ਦੁਖੀ ਕਰਨਗੇ ਮੈਂ ਤਾਂ ਖੁਦ ਸਰੈਂਡਰ ਕਰਤਾ ਮੈਂ ਕਿਹਾ ਜਿੱਥੇ ਜਾਏ ਦੁਨੀਆ ਜਾਏ ਆਪਾਂ ਆਮ ਨਾਲ ਰਹਿੰਦੇ ਆ ਪੈਨਸ਼ਨ ਮਿਲਦੀ ਆ ਜਿਉ ਹੱਸੋ ਖੇਲੋ ਮौज ਕਰੋ ਦੇ ਦੇਖੋ ਜੀ ਫਿਰ ਬੰਦਾ ਕਾਦੇ ਵਾਸਤੇ ਟਟਟ ਮਰਦਾ ਤੀਰ ਸੰਦਰ ਸਾਹਿਬ ਜੀ ਮੈਂ ਆਪ ਦਾ ਨਾਂ ਪਹਿਲਾਂ ਮਰੇ ਹਰ ਨਾ ਹੁਣ ਮਰੇ ਆ ਇਦਾਂ ਚੱਲਦਾ ਆ ਚੱਲਦਾ ਰਿਹਾ ਬੱਤੇ ਆਪੇ ਆਪ ਤਰੱਕੀ ਕਰਦਾ ਜਾ ਨਹੀਂ ਕਰਦਾ ਬਹੁਤ ਹੀ ਸੰਜੀਦਾ ਵਿਸ਼ਾ ਜੀ ਇਹ ਸਾਡੀ ਕਮਿਊਨਿਟੀ ਦੇ ਵਿੱਚ ਹਾਂ ਇਹ ਮਤਲਬ ਆਪ ਬਜ਼ੁਰਗਾਂ ਨੂੰ ਵੀ ਥੋੜਾ ਜਿਹਾ ਚਾਹੀਦਾ ਫੇ ਜਾਵੇ ਤਾਂ ਜਾਵੇ ਤੇ ਨਿਆਣੇ ਨਹੀਂ ਗੌਰ ਕਰਦੇ ਜਿਨ੍ਹਾਂ ਲਈ ਬਣਾਈ ਤਾਂ ਫੇ ਤੁਸੀਂ ਕਾਦੇ ਮਰ ਮਰੀ ਮਰੀ ਜਾਂਦੇ ਆ ਮੈਂ ਤਾਂ ਇਸ ਸਟੋਰੀ ਦਾ ਨਹੀਂ ਹਾਂ ਮਿਹਰਬਾਨੀ ਯਾ थैंक यू ਜੀ ਸੰਦਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਵਾਕਈ ਪਹਿਲੇ ਕਾਲਰ ਸਾਡੇ ਸੰਦਰ ਸਾਹਿਬ ਉਹਨਾਂ ਨੇ ਇਹ ਚ ਦਸੀਆਂ ਅ ਜੀ ਸਤਿ ਸ੍ਰੀ ਅਕਾਲ ਤੁਸੀਂ ਆਨਰਸਰ ਸਰਦਾਰ ਗੁਰਮੀਲ ਸਿੰਘ ਜੀ ਤੀਰ ਸਾਹਿਬ ਹਾਂ ਜੀ ਸਰਦਾਰ ਜਗਤਾਰ ਸਿੰਘ ਜੀ ਤੇ ਮੇਰੇ ਪਿਆਰੇ ਪਿਆਰੇ ਪੈਣੋ ਭਰਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੈਂ ਕਲ ਕਰਨੀ ਆ ਜੋ ਕੁਛ ਸਾਡੀ ਜ਼ਿੰਦਗੀ ਦੇ ਵਿੱਚ ਪਹਿਲੇ ਕੱਲੂ ਘਾਰੇ ਤਾਂ ਅਸੀਂ ਕਿਤਾਬਾਂ ਦੇ ਵਿੱਚ ਪੜ੍ਹੇ ਜਾਂ ਸੁਣੇ ਘਰਾਂ ਤੋਂ ਸੁਣੇ ਜਾਂ ਰਾਗੀ ਢਾਡੀਆਂ ਤੋਂ ਨੇ ਪਰ ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਹੋਇਆ ਜਿਹੜਾ ਕਿ ਸਭ ਤੋਂ ਵੱਡਾ ਕੱਲੂਕਾਰਾ ਹੋਇਆ ਤੁਸੀਂ ਕੱਲੂਕਾਰ ਬਾਰੇ ਗੱਲ ਕਰਨੀ ਚਾਹੁੰਦੇ ਠੀਕ ਹੈ ਜੀ ਹਾਂ ਜੀ ਅੱਜ ਤੱਕ ਕਦੇ ਕਿਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਕਿੰਨੇ ਕੁ ਹਜ਼ਾਰ ਬੰਦੇ ਮਾਰੇ ਗਏ ਜੀ ਕੋਈ ਗਲਤੀ ਨਹੀਂ ਤੇ ਇਹ ਸੋਸੀ 13 ਅਪ੍ਰੈਲ 1978 ਤੋਂ ਇਹ ਜਿਹੜੀ ਵਿਸਾਖੀ ਉਸ ਵੇਲੇ ਆਈ ਉਦੋਂ ਤੋਂ ਕਰਾ ਸ਼ੁਰੂ ਹੋ ਗਿਆ ਸੀ ਵੈਸੇ ਤਾਂ ਤਾਪਦੇ 1947 ਤੋਂ ਹੀ ਕਰਾ ਚੱਲਦਾ ਰਿਹਾ ਜਿਸ ਵਕਤ ਇਹ ਮੈਂ ਕਹਿੰਦਾ ਦੀ ਸਭ ਆਪਾਂ ਫਰਾਈਡੇ ਜਿਆਦਾ ਕਰ ਲਈਏ ਜਿਆਦਾ ਵਧੀਆ ਨੂੰ ਪੂਰੀ ਡਿਟੇਲ ਜਿਹੜੀ ਹੈ ਅੱਜ ਦੀ ਅੱਜ ਦੀ ਖਾਸ ਤੋਂ 2 ਜੂਨ ਦੀ ਕੋਈ ਇਤਿਹਾਸਕ ਘਟਨਾ ਹੈ ਜਾਂ ਆਪਣੇ ਜੂਨ 84 ਦੀ ਕੋਈ ਤੁਹਾਡੇ ਤੁਸੀਂ ਮੈਂ ਕਹਿੰਦਾ ਅਸ ਕਰ ਲਓ ਜਾਂ ਸਾਰੀ ਕਰਨੀ ਚਾਹੁੰਦੇ ਸ਼ਾਰਟ ਕਰ ਲਓ ਫਿਰ ਥੋੜੀ ਹੇ ਮੈਂ ਫਿਰ ਸਾਈਡ ਦੇ ਬਾਰੇ ਦਿਨ ਕੰਮ ਕਰੂੰਗਾ ਸਾਰੀ ਜੀ ਤੇ ਇਹਦੇ ਬਾਰੇ ਕੀ ਵਿਚਾਰ ਨੇ ਤੀਰ ਸਾਹਿਬ ਜਿਹੜੇ ਵਿਸ਼ੇ ਦੀ ਅਸੀਂ ਗੱਲ ਕੀਤੀ ਹੈ ਕਿ ਬੱਚੇ ਜਿਹੜੇ ਨੇ ਪ੍ਰਾਪਰਟੀ ਬਣਾਈ ਹੈ ਬੰਦੇ ਇਹ ਤਿੰਨ ਰਾਤ ਇੱਕ ਕਰਕੇ ਪੰਜ 400 ਖੱਤੇ ਬਣਾ ਲੈਨੇ ਤੇ ਨਿਆਣੇ ਕਹਿੰਦੇ ਜੀ ਸਾਨੂੰ ਇਹਨਾਂ ਕੋਈ ਮਤ ਨਹੀਂ ਚਾਹੀਏ ਸਿੱਟੂ ਤੇ ਚਾਹੀਏ ਵੇਚੂ ਤੇ ਚਾਹੀਏ ਕਰੋ ਤੇ ਇਹ ਇਹੋ ਜੇ ਮਾਹੌਲ ਬਾਰੇ ਕੀ ਹਾਲੇ ਦਾ ਉੱਥੇ ਜੇ ਬਣਾਉਣਾ ਨਾ ਤਾਂ ਉੱਥੇ ਤੁਸੀਂ ਆਪਣੇ ਰਹਿ ਨਹੀਂ ਇੱਥੇ ਵੀ ਇੱਥੇ ਵੀ ਇੱਥੇ ਕੱਚੇ ਵੀ ਅਮਰੀਕਾ ਜੀ ਇੰਨਾ ਕੋਣਾ ਚਾਹੀਦਾ ਮਤਲਬ ਜਿਹੜਾ ਤੁਹਾਡੇ ਆਪਣੇ ਰਹਿਣ ਲਈ ਗੁਜ਼ਾਰੇ ਜੁਗਾ ਹੋਵੇ ਬੱਚੇ ਤਾਂ ਮੈਂ ਦੇਖਿਆ ਇੱਥੇ ਬਹੁਤੇ ਘਰਾਂ ਦੇ ਕੋਈ ਪ੍ਰੋਵਾਈਡ ਨਹੀਂ ਕਰਦਾਆਂ ਦੇ ਤਾਂ ਬੱਚੇ ਹੀ ਵਿਗੜ ਗਏ ਜੀ ਕੋਈ ਨਸ਼ਾ ਦੇ ਵਿੱਚ ਪੈ ਗਿਆ ਕੋਈ ਸ਼ੇਮੇ ਪੈ ਗਿਆ ਕੋਈ ਕਿਸੇ ਪਾਸੇ ਚਲੇ ਗਿਆ ਬਹੁਤੇ ਬੱਚੇ ਬਹੁਤੇ ਘਰਾਂ ਦਾ ਇਹ ਸਾਤੇ ਮਾਪੇ ਉਹਨਾਂ ਦੇ ਕੰਮ ਕਰਦੇ ਰਹੇਗੇ ਬੱਚੇ ਖਿਆਲ ਨਹੀਂ ਕੀਤਾ ਇਹ ਬੱਚੇ ਆਪਣੇ ਕੋਈ ਪਸ਼ਾਬ ਜਾਰੇ ਪੀਣ ਲੱਗਿਆ ਕੋਈ ਨਸ਼ੇ ਖਾਣ ਲੱਗ ਪਿਆ ਇਹ ਹਾਲ ਹੋਇਆ ਤੇ ਅੱਗੇ ਅਸੀਂ ਤਾਂ ਉਹ ਸਰੀਰੀ ਗੱਲ ਕਰਦੇ ਹੁੰਦੇ ਸੀ ਸਾਡੇ ਬਰਮਟਨ ਦੇ ਵਿੱਚ ਵੀ ਕਿੰਨੇ ਬੱਚੇ ਆਪਣੇ ਡਰਗਰ ਦੇ ਮਾਮਲੇ ਫੜੇ ਗਏ ਨੇ ਤੁਸੀਂ ਖਬਰ ਸੁਣੀ ਹੋਣੀ ਹਾਂਜੀ 17 18 ਬੱਚੇ ਇੰਨੇ ਮਾਦਾ ਦੇ ਵਿੱਚ ਸਾਡੀ ਕਮਿਊਨਿਟੀ ਦੇ ਬੱਚੇ ਬੜੀ ਸ਼ਰਮ ਆਉਂਦੀ ਹੈ ਇਹ ਗੱਲ ਸੁਣ ਕੇ ਕਿ ਕਿਹੜੀ ਜਗ੍ਹਾ ਤੁਹਾਡੇ ਕੈਨੇਡਾ ਦੀ ਗੱਲ ਕਰਦੇ ਸਾਬ ਹਾਂਜੀ ਬਰਮਟਨ ਅੱਛਾ ਅਸੀਂ 10-10 ਹਫ਼ਤੇ ਮਹੀਨਾ ਭਰ 18 ਬੱਤੇ ਫੜੇ ਗਏ ਨੇ ਪ੍ਰਮਤੰ ਦੇ ਵਿੱਚ ਇਸ ਕੰਮ ਦੇ ਵਿੱਚ ਅੱਛਾ ਇੱਕ ਚੀਜ਼ ਕਮਾਈ ਗੱਲ ਇਹ ਆ ਜਿਹੜੀ ਚੇਂਜ ਜਦੋਂ ਅਸੀਂ ਨਸ਼ੇ ਵਾਲੀ ਗੱਲ ਫਿਰ ਕਿਸ ਦਿਨ ਕਰਾਂਗੇ ਵੀ ਜਿਹੜੀ ਪ੍ਰਾਪਰਟੀ ਦੀ ਗੱਲ ਕਰਦੇ ਆ ਤੇ ਪੰਜਾਬ ਵਿੱਚ ਅਸੀਂ ਗੱਲ ਕਰੀਏ ਤੇ ਪੱਟੀ ਦੇ ਪਿੱਛੇ ਹੀ ਲੜਾਈਆਂ ਹੋਈਆਂ ਨੇ ਪ੍ਰਾਪਰਟੀ ਪਿੱਛੇ ਹੀ ਕਤਲੋਗ ਹੋਈ ਹੈ ਤੇ ਇੱਥੇ ਉਸੇ ਪ੍ਰਾਪਰਟੀ ਨੂੰ ਸਾਡੇ ਜਿਹੜੇ ਨਿਆਣੇ ਜੀ ਸਾਨੂੰ ਇਹਨਾਂ ਨੂੰ ਲੈਣ ਦੇਣ ਦੀ ਚਾਹੇ ਤੈਣੇ ਦੇ ਚਾਹੇ ਤਾਰਨੇ ਦੇ ਤੇ ਇਹ ਫਰਕ ਜਿਹੜਾ ਇਹ ਕਿਉਂ ਹੈ ਕੀ ਕਰਨਾ ਚਾਹੀਦਾ ਉਹ ਬੰਦੇ ਨੂੰ ਜਿਹਦੀ ਪ੍ਰਾਪਰਟੀ ਹੈਗੀ ਹੈ ਤੇ ਨਿਆਣੇ ਕਹਿੰਦੇ ਵੀ ਅਸੀਂ ਸਾਨੂੰ ਕੋਈ ਮਤਲਬ ਬਹੁਤ ਸਾਜੀ ਉੱਥੇ ਲੋਕਾਂ ਨੇ ਤੁਹਾਡੇ ਸ਼ਰੀਕਾਂ ਨਹੀਂ ਇੱਥੇ ਵੀ ਇੱਥੇ ਤੀਰਥ ਵੀ ਇੱਥੇ ਦੀ ਗੱਲ ਕਰਦੇ ਆਪਾਂ ਇਹਦੀ ਗੱਲ ਕਰਦੇ ਇੱਥੇ ਵੀ ਲੋਕਾਂ ਨੂੰ ਆਪਣਿਆਂ ਨੂੰ ਉਹ ਹੀ ਹਾਇ ਦੇ ਆ ਪਿਆ ਹੋਇਆ ਵੀ ਸਾਡਾ ਆ ਹੋ ਜਾਵੇ ਸਾਡਾ ਆ ਹੋ ਜਾਵੇ ਬੱਚੇ ਇੱਥੇ ਆਪਣੇ ਜਿਹਾ ਲਿਖੇ ਜਾਂਦੇ ਨੇ ਉਹ ਸਭ ਦੀ ਕੁੜਵਾ ਨਹੀਂ ਕਰਦੇ ਜੀ ਬਿਲਕੁਲ ਉਹ ਸਾਡ ਉਹ ਕਹਿੰਦੇ ਅਸੀਂ ਤਾਂ ਆਪਣਾ ਕਰ ਲਿਆ ਸਾਰਾ ਕੁਝ ਅਸੀਂ ਕਿਉਂ ਸਰਦਾਰ ਦੀ ਲਈ ਬੱਚੇ ਤਾਂ ਤਯੋਪ ਕਰਕੇ ਆਪਣੇ ਆਰਮੈਂਟਾਂ ਦੇ ਵਿੱਚ ਰਹਿੰਦੇ ਨੇ ਹਾਂਜੀ ਹਾਂਜੀ ਉਹ ਤਾਂ ਇਹਨਾਂ ਚੱਪਲਾਂ ਤੇ ਪੈਂਦੇ ਨਹੀਂਗੇ ਸਾਡੇ ਲੋਕ ਤਾਂ ਮਹਾਂ ਦੇ ਵਿੱਚ ਪਿੱਛੇ ਪਾਇਉਂਦੇ ਬਹੁਤ ਇੱਕ ਲੈ ਲਈਏ ਦੋ ਲੈ ਲਈਏ ਚਾਰ ਲੈ ਲਈਏ ਪੰਜ ਲੈ ਲਈਏ ਜੀ ਚਲੋ ਇਹ ਸਭ ਆਪਾਂ ਪਰਸੋਂ ਦਾ ਪ੍ਰੋਗਰਾਮ ਸਮਾਪਤ ਰੱਖਾਂਗੇ ਜੀ ਪੂਰਾ 84 ਨੂੰ ਪਰਸੋਂ ਨੂੰ ਫਿਰ ਜਾਣਕਾਰੀ ਤੁਹਾਡੇ ਕੋਲ ਸਾਰੀ ਲਵਾਂਗੇ ਹਾਂਜੀ ਜੀ ਥੈਂਕ ਯੂ ਜੀ ਧੀਰਤਾਬ ਅੱਜ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਸੀਗੇ ਪਰ ਮੇਰੇ ਖਿਆਲ ਅੱਜ ਅਸੀਂ ਆ ਵਿਸ਼ਾ ਜਿਹੜਾ ਹੈਗਾ ਵਿਸ਼ਾ ਵੀ ਇੱਕ ਉਸੇ ਤਰ੍ਹਾਂ ਦਾ ਹੀ ਹੈਗਾ ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੀ ਚੀਜ਼ਾਂ ਵਿਚਰ ਰਹੀਆਂ ਨੇ ਹੋ ਰਹੀਆਂ ਨੇ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ ਔਰ ਛੋਟੇ ਮੋਟੀ ਗੱਲ ਵੀ ਨਹੀਂ ਹੈ ਕਈ ਕਈ 2-2 ਚਰਚਾਲ ਮਿਲੀਅਨ 5-5 ਮਿਲੀਅਨ ਦੇ ਘਰ ਹਜ਼ਾਰਾਂ ਕਿੱਲੇ ਖਤੇ ਮੈਂ ਮੈਂ ਦੋ ਕੇਸ ਮੇਰੇ ਸਾਹਮਣੇ ਖਾਸ ਤੌਰ ਤੇ ਆਏ ਨੇ ਜਿਨ੍ਹਾਂ ਦੇ ਉਹ ਨਿਆਣੇ ਕਹਿੰਦੇ ਜੀ ਅਸੀਂ ਤਾਂ ਸਾਨੂੰ ਕੋ ਮਤਲਬ ਨਹੀਂ ਸੋ ਮੇਰਾ ਜਿਹੜਾ ਸਾਡੇ ਦਰਸ਼ਕਾਂ ਨੂੰ ਸਵਾਲ ਇਹੀ ਹੈ ਬ੍ਰੇਕ ਤੋਂ ਬਾਅਦ ਕੱਲਾਂ ਨੂੰ ਇਸ ਤਰ੍ਹਾਂ ਜਾਰੀ ਰੱਖਾਂਗੇ ਕਿ ਕੀ ਕਰਨਾ ਚਾਹੀਦਾ ਇਹੋ ਜੇ ਮਾਪਿਆਂ ਨੂੰ ਮੈਨੂੰ ਕਹਦਾ ਯਾਰ ਦੱਸੋ ਵੀ ਮੈਂ ਕੀ ਕਰਾਂ ਜਿਹੜਾ ਇੰਨਾ ਖੇਤ ਖੱਤੇ ਹੈਗੇ ਨੇ ਟੱਲਕ ਦੀ ਗੱਲ ਆ ਇਹ ਤੇ ਮੈਂ ਕਿਹਾ ਵੀ ਕੋਈ ਨਹੀਂ ਆਪਾਂ ਦਰਸ਼ਕਾਂ ਨੂੰ ਪੁੱਛ ਲਾਂਗੇ ਸੋ ਜਿਹੜੇ ਨਿਆਣੇ ਇਦਾਂ ਬੱਚੇ ਕਹਿੰਦੇ ਨੇ ਖਾਸ ਤੌਰ ਤੇ ਅੱਜ ਦਾ ਸਵਾਲ ਆਪਾਂ ਅਵਿਸ਼ਾ ਅੱਜ ਇਹੀ ਰੱਖਦੇ ਆ ਤੇ ਪੂਰਾ ਜਿਹੜਾ ਸਮਰਪਿਤ ਪ੍ਰੋਗਰਾਮ 84 ਨੂੰ ਅਸੀਂ ਪਰਸ ਨੂੰ 4 ਤਰੀਕ ਨੂੰ ਰੱਖਾਂਗੇ ਸ਼ੁੱਕਰਵਾਰ ਨੂੰ ਸੋ ਅੱਜ ਦਾ ਵਿਸ਼ਾ ਇਹੀ ਆ ਕਿ ਜਿਹੜੇ ਨਿਆਣੇ ਇਦਾਂ ਕਹਿੰਦੇ ਨੇ ਸਾਨੂੰ ਤੁਹਾਡੀ ਪਾਪਾ ਦੇ ਕੋਈ ਲੈਣ ਦੇਣ ਨਹੀਂ ਹੈਗਾ ਤੇ ਉਹ ਕੀ ਕਰਨਾ ਚਾਹੀਦਾ ਉਸ ਮਾਵਾਪ ਨੂੰ ਜਾਂ ਉਸ ਬਾਪ ਨੂੰ ਫਿਲਹਾਲ ਬੈਕ ਲੈਣੇ ਹਾਜਰਾ ਜੀ ਇੱਕ ਵਾਰ ਫਿਰ ਤੇ ਨਾਲ ਦੀ ਨਾਲ ਆਪਾਂ ਕਾਲਾ ਵਾਲੇ ਪਾਸੇ ਚੱਲਦੇ ਹਾਂ ਕੀ ਵਿਚਾਰ ਨੇ ਤੁਹਾਡੇ ਵਿਸ਼ੇ ਇਸ ਵਿਸ਼ੇ ਬਾਰੇ ਆਮ ਤੌਰ ਤੇ ਅਸੀਂ ਗੱਲ ਕਰੀਦੀ ਏ ਕਿ ਪ੍ਰਾਪਰਟੀ ਪਿੱਛੇ ਲੜਾਈਆਂ ਹੁੰਦੀਆਂ ਨੇ ਪ੍ਰਾਪਰਟੀ ਪਿੱਛੇ ਕਤਲੋਗਾਰਤ ਹੋ ਜਾਂਦੀ ਏ ਪ੍ਰਾਪਰਟੀ ਪਿੱਛੇ ਭਰਾ ਭਰਾ ਦਾ ਸਰਵੜ ਦਿੰਦਾ ਪਰ ਇਹ ਉਸ ਪ੍ਰਾਪਰਟੀ ਇਹ ਵੀ ਗੱਲ ਹੁਣ ਵੀ ਪ੍ਰਾਪਰਟੀ ਪਿੱਛੇ ਹੋ ਰਹੀ ਪਰ ਹੁਣ ਬਿਲਕੁਲ ਉਲਟ ਹੋ ਰਹੀ ਏ ਦੇ ਸਿੱਕੇ ਦਾ ਦੂਜਾ ਪਾਸਾ ਜਿਹੜਾ ਬਹੁਤ ਸਾਰੇ ਘਰਾਂ ਦੇ ਵਿੱਚ ਆਏਗਾ ਕਿ ਨਿਆਣੇ ਕਹਿੰਦੇ ਸਾਨੂੰ ਤੁਹਾਡੀ ਪ੍ਰਾਪਰਟੀ ਦਾ ਕੋਈ ਮਤਲਬ ਨਹੀਂ ਚਾਹੇ ਸਿੱਟੋ ਚਾਹੇ ਵੇਚੋ ਜੋ ਮਰਜ਼ੀ ਕਰੋ ਕੀ ਕਰਨਾ ਚਾਹੀਦਾ ਉਹਨਾਂ ਮਾਪੇ ਨੂੰ ਕਾਲਾ ਸਿੱਤਸਲਾ ਅੱਗੇ ਤੋੜਦੇ ਆ ਹੈਲੋ ਜੀ ਸਤਿ ਸ੍ਰੀ ਅਕਾਲ ਤੁਸੀਂ ਔਨ ਹੋ ਰਹੇ ਹੋ ਜੀ 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 ਸਤਿ ਸ੍ਰੀ ਅਕਾਲ ਜੀ ਕੌਣ ਬੋਲਦੇ ਜਗਜੀ ਹਾਂ ਜੀ ਹਾਂ ਜੀ ਬੀ ਜੀ ਹੁਣ ਅਪਾ ਗੱਲ ਕਰ ਰਹੇ ਸੀ ਦੋ ਸਜਨਾ ਨੇ ਕਿਹਾ ਵੀ ਉਹਨਾਂ ਕੋਲ ਪ੍ਰਾਪਰਟੀਆਂ ਹੈਗੀਆਂ ਤੇ ਉਹਨਾਂ ਨੂੰ ਪਤਾ ਨਹੀਂ ਵੇ ਅਸੀਂ ਕੀ ਕਰੀਏ ਦਾ ਜੀ ਤੇ ਉਹਨਾਂ ਨੂੰ ਸੁਜੈਸਟ ਕਰੋ ਵੀ ਉਹ ਚਾਰ ਪੰਜ ਕੁੜੀਆਂ ਨੂੰ ਆਪਣਾ ਸਪான்ਸਰ ਕਰਨ ਉਹਨਾਂ ਨੂੰ ਪੜ੍ਹਾਉਣ ਹਾਇਰ এডਿਕੇਸ਼ਨ ਦੇਣ ਐਂਡ ਦੇ ਵਿਲ ਬੀ ਵੈਲ ਆਫ ਡੂਇੰਗ ਦੈਟ ਹਣੀ ਚ ਬਤਨ ਕੁਛ ਵੀ ਕਰ ਸਕਦੇ ਪਰ ਇੰਦੀ ਜਿਤ ਕਾਫੀ ਜ਼ਿਆਦਾ ਨਾ ਜਿਵੇਂ ਹੁਣ 5-700 ਹਜ਼ਾਰ ਖਤਾ ਹੈਗਾ ਕਿਸੇ ਦਾ ਤੇ ਹਾਂ ਗੱਲ ਤੁਹਾਡੀ ਸਹੀ ਹੈ ਜੀ ਉਹਦੇ ਚੋਂ ਕੁਛ ਤਾਂ ਕਰਨਾ ਸ਼ੁਰੂ ਕਰਨ ਨਿੱਤ ਦੇਖੋ ਨਾ এডਿਕੇਸ਼ਨ ਦੇ ਮਹੌਦੇ ਫੀਲਡ ਚਲੇ ਜਾਣਾ ਆਪਣਾ ਪੰਜਾਬੀ ਦੀ ਚੀਜ਼ ਕਿゼ ਵੀ ਬਰੇ ਉਸ ਤੇ ਵਿੱਚ ਆ ਸਕਦੇ ਨੇ ਪਰ ਮੈਨੀ ਥਿੰਗਸ ਦੇ ਕੈਨ ਡੂ ਬਿਲਕੁਲ ਜੀ ਬਿਲਕੁਲ ਬਹੁਤ ਸਹੀ ਤੁਹਾਡਾ ਬਹੁਤ ਸਹੀ ਜਵਾਬ ਆਈ ਜਰੂਰ ਕੁੜੀਆਂ ਨੂੰ এডੂਕੇਸ਼ਨ ਦੇਣਾ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜਰੂਰ ਤੁਹਾਡੀ ਗੱਲ ਸੁਣ ਸਤ ਜੀ ਬਿਲਕੁਲ ਤੁਹਾਡੀ ਗੱਲ ਸੁਣ ਰਹੇ ਹੋਣਗੇ ਜੀ ਜੀ ਸਤਿ ਸ਼ਕਾਲ ਜੀ ਤੁਸੀਂ ਔਨ 에ਰ ਹੋ ਜੀ ਇੱਕ ਮਿੰਟ ਮੈਂ ਕਿਹੜਾ ਸੀ ਕਾਲ ਅਗਲੀ ਗੈਸ ਹਾਂ ਜੀ ਐਹ ਹਾਂ ਜੀ ਐਹ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਰ ਉਸਤਰਾ ਸਿੰਘ ਦਸ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੱਗੀ ਕੀ ਹਾਲ ਚਾਲ ਹੈ ਜੀ ਕਿਰਪਾ ਜੀ ਕਿਰਪਾ ਹਾਂਜੀ ਕੀ ਵਿਚਾਰ ਜੇ ਤਾਂ ਉਹ ਕਿਸੇ ਨੇ ਬੱਚਿਆਂ ਨੂੰ ਨਹੀਂ ਦੇਣ ਨਹੀਂ ਮੰਨਦੇ ਤਾਂ ਉਹ ਨਾਲ ਲੈ ਜਾਣੀ ਹੈ ਤਾਂ ਗੁਰੂ ਨਾਨਕ ਦੇਵ ਜੀ ਮੰਨ ਲਵੇ ਜੀ ਅੱਛਾ ਜੀ ਇੱਕ ਕਾਰੂ ਬਾਦਸ਼ਾਹ ਹੋਇਆ ਮਹਾਰਾਜ ਦੇ ਕੋਲ ਗਏ ਤਾਂ ਉਸ ਵੇਲੇ ਉੱਥੇ ਰਵਾਜ ਸੀ ਜੇ ਤੇ ਉਹ ਇੱਕ ਲੱਖ ਹੁੰਦਾ ਸੀ ਉਹ ਇੱਕ ਝੰਡਾ ਲਾਉਂਦਾ ਸੀ ਕੋਟੇ ਤੇ ਅੱਛਾ ਜੀ ਉਹਦੇ ਸੱਤ ਝੰਡੇ ਲੱਗੇ ਹੋ ਸੀ ਤੇ ਉਹ ਪਿੰਡ ਮੱਟਰ ਹੈ ਆਪਣਾ ਸਾਰੀ ਪ੍ਰਾਪਰਟੀ ਉਹਨਾਂ ਮਰਦਿਆਂ ਦੀ ਮੂਹੋਂ ਚ ਵੀ ਪੈਸੇ ਕਢਾ ਲਿਆ ਸੀ ਕਬਰਾਂ ਪਟਾ ਕੇ ਨਾ ਅੱਛਾ ਤੇ ਪੈਸੇ ਕੌਣ ਦਾ ਦੇਖੋ ਉਹਦਾ ਤਰੀਕਾ ਕੀ ਸੀ ਉਹਨੂੰ ਪੁੱਛਿਆ ਆਪਣੇ ਬਜੀੜਿਆਂ ਨੂੰ ਕਿਸੇ ਕੋ ਰੁਪਈਆ ਹੈ ਕਹਿੰਦੇ ਨਹੀਂ ਜੀ ਹੂੰ ਉਹ ਆਪਣੀ ਕੁੜੀ ਸ਼ੇਲ ਤੇ ਲਾਤੀ ਕਹਿੰਦਾ ਪਰ ਮੇਰੀ ਕੁੜੀ ਵੇਚਣੀ 1 ਰੁਪਈਆ ਇਹਨਾਂ ਕੋਈ ਲੈ ਜਵੇ ਆਏ ਹਾਏ ਅੱਛਾ ਜੀ ਇੱਕ ਮੁੰਡਾ ਆਪਣੀ ਮਾਂ ਦੇ ਜੇਦ ਪੈ ਗਿਆ ਕਹਿੰਦਾ ਬਾਹਵੇਂ ਤਰ ਰੁਪਈਆ ਚਾਹੀਦਾ ਰਾਜੇ ਨੇ ਕੁੜੀ ਆਪਣੀ ਸ਼ੇਲ ਤੇ ਲਾਈ ਉਹ ਮੈਂ ਤਾਂ ਉਹ ਲੈਣੀ ਆ ਹੂੰ ਉਹ ਕੰਦੀ ਪੋਟਰ ਪਈਆ ਹੈ ਹੀ ਨਹੀਂ ਕਿਸੇ ਕੋ ਰਾਜ ਚ ਆਪਣੇ ਕਿਸੇ ਕੋ ਵੀ ਨਹੀਂ ਕਹਿੰਦਾ ਨਹੀਂ ਦੇ ਜਦੋਂ ਖੇੜੇ ਪੈ ਤਾਂ ਮੈਂ ਦੱਸਦਾ ਵੀ ਜਦੋਂ ਇਹਨਾਂ ਦੇ ਕੋਈ ਦੱਬਦੇ ਆ ਤਾਂ ਉਹ ਮੂੰਹ ਚੱਕਰ ਪਈਆ ਦਿੰਦੇ ਹੁੰਦੇ ਸੀ ਮੁਰਦੇ ਦੇ ਹੂੰ ਤਾਂ ਉਹ ਮੁੰਡੇ ਨੂੰ ਮੁੰਡੇ ਨੂੰ ਮਾਂ ਨੇ ਦੱਸਤਾ ਹੁਣ ਜਾ ਕੇ ਕਬਰ ਪੱਟ ਕੇ ਰੁਪਈਆ ਕੱਢ ਲਿਆ ਰਾਜ ਕੋ ਪੁੱਛੋ ਕਹਿੰਦਾ ਕਿੱਥੋਂ ਕੱਢਿਆ ਰੁਪਈਆ ਉਹ ਕਹਿੰਦਾ ਮੈਂ ਆਪਣੇ ਬਾਪ ਦੀ ਕਬਰ ਚੋਂ ਮੂੰਹ ਚੋਂ ਕੱਢ ਕੇ ਲਿਆ ਹੁਣ ਸਾਰੀਆਂ ਕਬਰਾਂ ਪਰਾਤੀਆਂ ਕਢਾ ਲਓ ਕਹਿੰਦਾ ਰੁਪਈਏ ਜਿੰਨੇ ਵਿਹਗੇ ਆ ਅੱਛਾ ਔਰ ਗੁਰੂ ਨਾਨਕ ਨੂੰ ਮਾਰਾ ਕਹਿੰਦਾ ਇੰਨੀ ਪ੍ਰਾਪਰਟੀ ਕੀ ਕਰੂੰਗਾ ਕਹਿੰਦਾ ਜੀ ਮੇਰੇ ਕੋਲ ਮੈਂ ਆਪਣੀ ਪ੍ਰਾਪਰਟੀ ਮੇਰੀ ਹੈ ਮੈਂ ਕੀ ਕਰ ਨੀ ਮਾਰਾ ਕਹਿੰਦੇ ਜੇ ਆ ਸਾਡੀ ਸੂਈ ਲੈ ਜਾ ਇਹ ਨਾਲ ਦਰਗਾਹ 'ਚ ਲਾਵਾਂਗੇ ਤੇਰੇ ਕੋਲ ਹੂੰ ਉਹ ਘਰ ਵਾਲੀ ਆ ਕੇ ਉਹਨੂੰ ਕਹਿੰਦੀ ਸਦਾਈ ਹੋਇਆ ਦਰਗਾਹ 'ਚ ਵੀ ਕਹਿੰਦੀ ਕੋਈ ਸੂਈ ਨਾਲ ਲਿਜਾ ਸਕਦਾ ਇੱਥੇ ਕੁਝ ਨਹੀਂ ਜਾਣਾ ਮੁੜ ਕੇ ਆ ਗਿਆ ਹੂੰ ਫੇ ਮਾਰਾ ਜੀ ਕਹਿੰਦਾ ਮੈਂ ਕੀ ਕਰਾਂ ਪ੍ਰਾਪਰਟੀ ਕਹਿੰਦੇ ਜੇ ਤਾਂ ਨਾਲ ਲੈ ਜਾਣੀ ਤਾਂ ਗਰੀਬਾਂ ਨੂੰ ਵੰਡ ਦੇ ਇਹ ਲੰਗਰ ਲੰਗਰ ਲਾ ਦੇ ਜਿਨ੍ਹਾਂ ਤੋਂ ਕੋਈ ਆ ਕੀ ਬਾਤ ਹੈ ਜੇ ਇੱਥੇ ਛੱਡ ਕੇ ਜਾਣੀ ਤਾਂ ਇੱਥੇ ਛੱਡ ਦੇ ਜੇ ਤੂੰ ਗਰੀਬਾਂ ਨੂੰ ਵੰਡ ਦੇਉਂਗਾ ਤੇ ਇਹ ਦਰਗਾਹ ਤੇ ਨਾਲ ਚੱਲ ਜੂਗੀ ਜੇ ਇੱਥੇ ਛੱਡਣੀ ਤਾਂ ਇੱਥੇ ਤਾਂ ਵੀ ਕਿਸੇ ਨੇ ਮਗਰੋਂ ਸਾਹ ਵੀ ਲੈਣੀ ਆ ਬਿਲਕੁਲ ਬਹੁਤ ਵਧੀਆ ਪ੍ਰਾਪਰਟੀ ਜੇ ਤਾਂ ਕਿਸੇ ਨੇ ਨਾਲ ਲੈ ਜਾਣੀ ਤੇ ਇਹ ਕੰਮ ਕਰ ਲਵੇ ਜੀ ਬਿਲਕੁਲ ਜੇ ਇੱਥੇ ਛੱਡਣੀ ਤਾਂ ਠੀਕ ਹੈ ਬਾਕੀ ਬਾਲੀ ਹੁਣ ਗੱਲ ਤੁਹਾਡੀ ਠੀਕ ਹੈ ਬੱਚੇ ਤਾਂ ਤੁਹਾਡਾ ਕਿੱਡਾ ਵੀ ਕਾਰੋਬਾਰ ਆ ਕੋਈ ਨਹੀਂ ਅਸੀਂ ਤਾਂ ਆਪਣੀ ਜੌਬ ਕਰਨੀ ਤੁਸੀਂ ਜੋ ਮਰਜ਼ੀ ਕਰਨਾ ਕਰੋ ਨਾ ਕਰਨਾ ਕਰੋ ਤੇ ਸਾਰੇ ਸਾਰੇ ਘਰ ਜਨੀ ਹੈਗੇ ਬਹੁਤ ਸਾਰੇ ਘਰਾਂ ਦੇ ਵਿੱਚ ਚਲੋ ਇਹ ਵੀ ਰਿਹਾਣ ਹੈਗਾ ਕਿ ਬੱਚੇ ਮਾਪੇ ਵਾਲੇ ਕੰਮ ਦੇ ਵਿੱਚ ਹੀ ਹੱਥ ਫੜੋ ਰਹੇ ਨੇ ਮੈਂ ਦੇਖਿਆ ਸੀ ਬਹੁਤ ਸਾਰੇ ਲੋਕ ਟਰੱਕਿੰਗ ਦੇ ਵਿੱਚ ਉਹਨਾਂ ਦੀ ਵਾਈਫ ਬੇਟੀਆਂ ਨਾਲ ਨੇ ਉੱਥੇ ਸਾਰੇ ਉਹ ਕਹਿੰਦੇ ਵੀ ਅਸੀਂ ਹੋਰਾਂ ਦੇ ਵੀ ਜੋ ਰੱਖਣਾ ਕੰਮ ਕਰਨਾ ਤਾਂ ਆਪ ਹੀ ਸਾਰੇ ਪਰਿਵਾਰ ਵੀ ਟਰੱਕਿੰਗ ਦੇ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਰੇ ਹੈਗੇ ਨੇ ਬਹੁਤ ਸਾਰੇ ਲੋਕਾਂ ਦੇ ਵਿੱਚ ਬਾਪ ਵਾਲੇ ਕੰਮ ਪਰਿਵਾਰ ਵਾਲੇ ਕੰਮ ਕਰਦੇ ਨੇ ਲੋਕ ਤੇ ਬਾਲੇ ਬੱਚੇ ਉਹ ਕਹਿੰਦੇ ਨਹੀਂ ਜੀ ਵੀ ਤੁਸੀਂ ਤੁਹਾਡੇ ਵਾਲੇ ਕੰਮ ਤਾਂ ਭਾਵੇਂ ਜਿੰਨਾ ਮਰਜੀ ਚੰਗਾ ਹੋਵੇ ਜਿੰਨਾ ਮਰਜੀ ਉਹ ਚ ਪੈਸਾ ਜਿੰਨਾ ਮਰਜੀ ਸੁੱਖ ਆਰਾਮ ਆ ਤਾਂ ਉਹਨਾਂ ਨੂੰ ਉਹ ਕੰਮ ਚੰਗਾ ਨਹੀਂ ਲੱਗਦਾ ਉਹ ਆਪਣੇ ਕੰਮ ਕਰਦੇ ਨਹੀਂ ਲੱਗਦਾ ਨੇ ਲਗਦਾ ਥੋੜੇ ਬੱਚੇ ਆ ਜਿਹੜੇ ਨਾਲ ਕੰਮ ਕਰਾਉਂਦੇ ਆ ਉਹ 10% ਹੋਗੇ ਬਾਕੀ ਤਾਂ ਸਭ ਜੋਬਾਂ ਨੂੰ ਜਿਆਦਾ ਭਾਜੀ ਤਕੜੇ ਤਕੜੇ ਬੰਦਿਆਂ ਦੇ ਬੱਚੇ ਵੀ ਹਾਂ ਬਿਲਕੁਲ ਬਿਲਕੁਲ ਜੀ ਚਲੋ ਬਾਕੀ ਜਮਾਨਾ ਜਿੱਦਾਂ ਦਾ ਆਪਣੇ ਸਰਦਾਜੀ ਜਮਾਨਾ ਹੈਗਾ ਉਦੋਂ ਦਾ ਚੱਲੀ ਜਾਣਾ ਆ ਇਹ ਤਾਂ ਪਹਿਲਾਂ ਤੋਂ ਇਦਾਂ ਹੁੰਦੀ ਆਈ ਇਦਾਂ ਤੁਰੀ ਜਾਣੀ ਆ ਬਿਲਕੁਲ 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 ਜੀ ਇਹੇ ਬਸ ਇਹ ਆਪਣੀ ਜਾਨ ਨੂੰ ਸੌਖੀ ਰੱਖ ਲਓ ਜਿਹੜਾ ਖੋਦੀ ਜਿੰਨੇ ਦਿਨ ਹੈਗੇ ਆ ਉਹੀ ਗੱਲ ਆ ਗਈ ਜੀ ਵੀ ਕੁਦਰਤ ਦੇ ਰੰਗ ਦੇਖੋ ਪ੍ਰਮਾਤਮਾ ਦੇ ਕਈ ਕਈਆਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਕਰੀਏ ਕੀ ਪੈਸੇ ਦਾ ਜਾਂ ਪ੍ਰਾਪਰਟੀ ਦਾ ਤੇ ਕਈਆਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਰੋਟੀ ਕਿੱਥੋਂ ਖਾਣੀ ਹੈ ਕਈਆਂ ਨੂੰ ਇਹ ਸੋਚ ਮਾਰ ਜਾਂਦੀ ਹੈ ਬਿਲਕੁਲ ਬਿਲਕੁਲ ਜੀ ਉਧਰ ਪੰਜਾਬ ਦਾ ਹਾਲ ਹੈ ਕਹਿੰਦੇ ਐ ਮੇਰੇ ਪੰਜਾਬ ਤੇਰੀ ਅਣਖ ਨੂੰ ਕੀ ਹੋ ਗਿਆ ਹਾਕਮ ਹਰਾਮੀ ਹੋ ਗਿਆ ਤੇਰੇ ਨਾਮਕ ਨੂੰ ਕੀ ਹੋ ਗਿਆ ਹਮ ਬਰਸਾਂ ਵਿੱਚ ਅੱਜ ਲੁੱਟ ਲਈ ਪੁੱਢਾ ਛਡਾਈ ਜੋ ਬਤਾਲੀ ਤੋਂ ਨਲੂਏ ਜੰਮਣ ਵਾਲਿਆ ਤੇਰੀ ਧਾਮਕ ਨੂੰ ਕੀ ਹੋ ਗਿਆ ਹਮ ਜਾਗ ਨੂੰ ਉਤਾਰਨ ਵਾਲੀ ਅੱਜ ਕਿਉਂ ਕਿਸਾਨੀ ਡੁੱਬ ਗਈ ਜਾਗ ਨੂੰ ਉਤਾਰਨ ਵਾਲੀ ਅੱਜ ਕਿਉਂ ਕਿਸਾਨੀ ਡੁੱਬ ਗਈ ਮੰਡੀਆਂ ਦੇ ਵਿੱਚ ਰੋਣ ਰਹੀ ਤੇਰੀ ਕਣਕ ਨੂੰ ਕੀ ਹੋ ਗਿਆ ਬੱਦਲਾਂ ਦੇ ਘੇਰਿਆਂ ਤੋਂ ਡਰ ਗਿਆ ਵੀ ਅਣਖਿਆ ਸ਼ਰਮਕਾਰੋ ਸੂਰਜਾ ਤੇਰੀ ਚਮਕ ਨੂੰ ਕੀ ਹੋ ਗਿਆ ਚਿੱਟਾ ਨਾਮ ਨਸ਼ਿਆਂ ਦਾ ਖਾ ਗਿਆ ਜਵਾਨੀ ਨੂੰ ਜਾਗ ਵੇ ਸੋਤਿਆ ਤੇਰੀ ਬੜਕ ਨੂੰ ਕੀ ਹੋ ਗਿਆ ਜਾਗ ਵੇ ਸੋਤਿਆ ਤੇਰੀ ਬੜਕ ਨੂੰ ਕੀ ਹੋ ਗਿਆ ਹਾਂਜੀ ਚਲੋ ਬਹੁਤ ਮਿਹਰਬਾਨੀ ਕਾਰਨ ਕਰਨ ਵਾਸਤੇ ਤੇ ਵੈਸੀ ਵੀ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਕੁਮਾਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਜੇਲਾ ਦੇਖੋ ਅੰਚਲ ਸੋਜ ਬੱਚਿਆਂ ਦੀ ਬਦਲਦੀ ਹੈ ਜੀ ਆ ਨਵਕ ਦੋਸਤਾਂ ਉਹ ਜਿਹੜਾ ਨਾ ਕੀ ਲੈਣਾ ਹੂੰ ਉਹਨਾਂ ਸੇ ਇੰਪੈਕਟ ਹੋਇਆ ਦੇ 5 ਮਕਾਨ ਸਾਨੂੰ ਇੱਕ ਹੋਟਲ ਸੀ ਜੀ ਦੇਖੋ ਉਹਦੇ ਦੋ ਬੱਚੇ ਹੀ ਇੱਕ ਲੜਕੀ ਤੇ ਕੋ ਲੜਕਾ ਕੋ ਲੜਕੀ ਦੇ ਵਿਆਹ ਹੀ ਗਈ ਉਹ ਘਾਟ ਚੜੀ ਗਈ ਜੀ ਉਹ ਰਖਾ ਤੇ ਮੁੰਡਾ ਵੀ ਉਹ ਜਾ ਦਾ ਦੀ ਉਹਨੇ ਪਰਵਾਣਾ ਕੀਤੀ ਹੋਰ ਦੂਜੇ ਸ਼ਹਿਰ ਦਾ ਕੰਮ ਕਰ ਗਈ ਚੋਂ ਨੂੰ jobb ਮਿਲ ਗਈ ਉੱਥੇ ਚਲਾ ਗਿਆ ਅੱਛਾ ਜੀ ਮਾੜੇ ਹੋ ਰੱਖੋ ਕਮਨ ਸਾ ਮਾੜੇ ਹੋ ਰਮਾਫੀ ਜਾਨ ਮੈਂ ਜੀ ਕਮਨ ਸਾਹਿਬ ਹਾਂਜੀ ਕੰਟੀਨਿਊ ਅੱਛਾ ਗੱਲ ਦੱਸਣ ਵਾਲੀ ਹੈ ਕਿ ਉਸ ਹਾੜਾ ਦੋਹਣਾ ਦੋ ਪ੍ਰੈਜੈਂਡਾ ਆ। ਉਹ ਅੱਛਾ ਜੀ। ਮਾਦਾ ਕਹੇ ਜਦੋਂ ਉਹਨੇ ਗੱਲ ਕਰਨੀ ਦੇਖੋ ਜੀ ਮੇਰਾ ਮੁੰਡਾ ਫਿਰ ਆਖੇ ਨਹੀਂ ਲੱਗਦਾ ਮੇਰੇ ਪ੍ਰਾਪਰਟੀ ਦੀ ਪਰਵਾਹ ਨਹੀਂ ਕਰਦਾ ਤੇ ਇਸ ਤਰ੍ਹਾਂ ਕਰਕੇ ਆਖਰ ਉਹਨੂੰ ਵੀ ਨਾ ਇਹ ਤੋਂ ਛੱਡ ਕੇ ਤੇ ਉਹ ਲੜਕੇ ਕੋਲ ਮਾਦਾ ਜਾਣਾ ਪਿਆ। ਜੀ। ਮੇਰਾ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਮਾਇੰਦ ਵੀ ਨਹੀਂ ਕਰਨਾ ਚਾਹੀਦਾ ਜੇ ਕੋਈ ਬੱਚੇ ਦੀ ਬਟ ਜੇ ਆਪਣੇ ਪੰਜਾਬ ਤੇ ਆਪਣੇ ਥਾਂ ਸੈਟਲ ਹੁੰਦੇ ਨੇ ਤੇ ਇੰਨੀ ਬਹੁਤ ਜ਼ਿਆਦਾ ਇਹਦੇ ਤੇ ਮਾਇੰਡ ਨਹੀਂ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਚੰਗੀ ਗੱਲ ਹੈ ਜੀ ਬਹੁਤ ਮਿਹਰਬਾਨੀ ਜੀ ਕੁਮਰ ਸਾਹਿਬ ਤੁਹਾਡੀ ਕਾਲ ਕਰਨ ਦੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਰ ਹੋ ਜੀ ਹਾਂ ਜੀ ਜੀ ਭਾਜੀ ਬਸ ਇੱਕ ਸੁਝਾਅ ਦੇਣੀ ਸੀ ਜੀ ਹਾਂ ਜੀ ਭਾਜੀ ਜ਼ਰੂਰ ਹਾਂ ਜੀ ਜਿਨ੍ਹਾਂ ਨੂੰ ਇਹ ਪਤਾ ਨਹੀਂ ਲੱਗਦਾ ਸੀ ਪੈਸੇ ਨੂੰ ਕੀ ਕਰੀਏ ਜੀ ਸਾਡੇ ਬੱਚੇ ਜਿਹੜੇ ਪੰਜਾਬੀ ਨਹੀਂ ਸਿੱਖ ਸਕਦੇ ਔਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮੈਸੇਜ ਦੇਣਾ ਹੈ ਇਸ ਵਾਰ ਨੂੰ ਪੰਜਾਬੀ ਸਕੂਲ ਬਣਾਉਣ ਪੰਜਾਬੀ ਯੂਨੀਵਰਸਿਟੀ ਬਣਾਉਣ ਯੂਐਸਏ ਦੇ ਵਿੱਚ ਜੀ ਬਿਲਕੁਲ so that ਕਿ ਜਿਹੜਾ ਪੈਸਾ ਸਾਡਾ ਬਾਹਰੇ ਲੈ ਜਾਂਦੇ ਆ ਇਕੱਠਾ ਕਰਕੇ ਪੰਜਾਬ ਨੂੰ ਲੀਡਰ ਲੀਡਰ ਲੈ ਜਾਂਦੇ ਲੀਡਰ ਲੈ ਜਾਂਦੇ ਆ ਅਸੀਂ ਕਿਉਂ ਨਹੀਂ ਆਪਣੇ ਇੱਥੇ ਬੱਚਿਆਂ ਦੇ ਪੰਜਾਬੀ ਸਕੂਲ ਬਣਾਉਂਦੇ ਜੀ ਪੰਜਾਬੀ ਯੂਨੀਵਰਸਿਟੀਆਂ ਬਣਾਉਂਦੇ ਅਸੀਂ ਸੋਚ ਨੂੰ ਵੱਡੀ ਕਰਕੇ ਰੱਖਿਆ ਕਿ ਇੰਨਾ ਸਾਡੇ ਕੋ ਪੰਜਾਬੀਆਂ ਲਈ ਕੰਮ ਕਰਨ ਵਾਲਾ ਸੀ ਨਰਾਸ਼ ਆਪਣੀ ਜਿੰਦਗੀ ਨਰਾਸ਼ ਨਾ ਹੋਈ ਕਿਉਂਕਿ ਬੱਚੇ ਛੱਡ ਜਾਂਦੇ ਆ ਸਾਰਿਆਂ ਦੇ ਬੱਚੇ ਛੱਡ ਜਾਂਦੇ ਆ ਬਿਲਕੁਲ 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 ਇੱਥੇ ਕਿਸੇ ਦੇ ਬੱਚੇ ਨਾਲ ਨਹੀਂ ਰਹਿੰਦੇ ਇਹਨਾਂ ਕੰਟਰੀਆਂ ਦੇ ਵਿੱਚ ਹਾਂਜੀ ਹਾਂਜੀ ਸੋ ਬਾੜੀ ਪ੍ਰਭਾਵ ਨਹੀਂ ਕਰਦੇ ਉਹ ਇਕੱਠੇ ਹੋ ਕੇ ਕੋਈ ਐਸੇ ਕੰਮ ਕਰ ਜਾਣ ਉਹ ਹੀ ਉਹਨਾਂ ਦੇ ਆਉਣ ਵਾਲੀਆਂ ਜਨਰੇਸ਼ਨਾਂ ਯਾਦ ਵੀ ਰੱਖਣਗੇ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਉਹ ਹੀ ਉਹਨਾਂ ਦਾ ਨਾਮ ਜਿਹੜਾ ਰਹਿੰਦੀ ਦੁਨੀਆ ਦਾ ਕਰਾਏਗਾ ਚੰਗੇ ਕੰਮ ਕਰਕੇ ਸੋ ਇਹ ਬਹੁਤ ਵਧੀਆ ਤੁਹਾਡਾ ਸੁਝਾਅ ਜੀ ਥੈਂਕ ਯੂ ਤੁਹਾਡਾ ਬਹੁਤ ਮਿਹਰਬਾਨੀ। ਵਾਕਈ ਜਿਹੜੇ ਸੁਝਾਅ ਆਏ ਬਹੁਤ ਵਧੀਆ ਆਏ ਆ ਤੇ ਉਹਨਾਂ ਨੂੰ ਕਿਸੇ ਚੰਗੇ ਕੰਮ 'ਚ ਜੇ ਲਾ ਦਈਏ ਰਹਿੰਦੀ ਦੁਨੀਆ ਤੱਕ ਨਾਮ ਸਾਡਾ। ਜਿਹੜਾ ਤੁਹਾਡਾ ਸਾਡਾ ਨਹੀਂ ਜਿਹੜਾ ਵੀ ਬੰਦਾ ਇਹ ਕਰੇਗਾ ਚੰਗਾ ਕੰਮ ਉਹਨਾਂ ਦਾ ਨਾਮ ਰਹੇਦੀ ਦੁਨੀਆ ਤੱਕ ਰਹੇਗਾ। ਈਵਨ ਚਾਹੇ ਬੱਚੇ 'ਚ ਚੰਗੇ ਨੇ ਮੈਂ ਕਹਿੰਦਾ ਚੰਗੇ ਨੇ ਬੱਚੇ ਵਿਚਾਰੇ ਜਿਹੜੇ ਇਹ ਕਹਿੰਦੇ ਨੇ ਕਿ ਸਾਡੀ ਪ੍ਰਾਪਰਟੀ ਤੁਸੀਂ ਕਿਸੇ ਹੋਰ ਕੰਮ ਲਾ ਦਿਓ। ਬੇਸ਼ੱਕ ਬੱਚਿਆਂ ਦੇ ਨਾਂ ਤੇ ਕੋਈ ਬਣਾ ਦੇਣ ਚੰਗਾ ਕੰਮ ਕਰ ਦੇਣ ਪੰਜਾਬੀ ਯੂਨੀਵਰਸਿਟੀ ਪੰਜਾਬੀ ਸਕੂਲ ਕੁਝ ਵੀ ਕਰ ਦੇਣ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੋਣ ਵਾਲਾ ਕਾਲਾ ਕਾਫੀ ਸਾਰੀਆਂ ਅਜੇ ਪੈਂਡਿੰਗ ਨੇ ਕਾਲਾ ਹੋਰ ਨਹੀਂ ਲੈਣੀ ਹੈ ਇੱਕ ਅਨਾਉਂਸਮੈਂਟ ਹੈ ਜਿਹੜੀ ਉਹ ਮੈਂ ਕਰਨੀ ਚਾਹੁੰਦਾ ਜਾਣਕਾਰੀ ਤੁਹਾਨੂੰ ਦੇਣੀ ਚਾਹੁੰਦਾ ਵੈਸੇ ਵੀ ਮੈਂ ਬੇਨਤੀ ਕਰਦਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਖਬਰਸਾਰ ਹੋਵੇ ਤਾਂ ਜਰੂਰ ਤੁਸੀਂ ਦੱਸਿਆ ਕਰੋ ਅਸੀਂ ਅਨਾਉਂਸ ਕਰ ਸਕਦੇ ਹਾਂ ਕੋਈ ਈਵੈਂਟ ਹੋਵੇ ਜਾਂ ਜਿਵੇਂ ਕਿ ਮੈਂ ਹੁਣ ਜਿਹੜੀ ਅਨਾਉਂਸਮੈਂਟ ਕਰਨੀ ਹੈ ਕਿ ਸਾਡੇ ਦੋਸਤ ਨੇ ਇੱਕ ਟਰਲਕ ਦੇ ਵਿੱਚ ਸਤਵਿੰਦਰ ਸਿੰਘ ਉਹਨਾਂ ਦਾ ਨਾਮ ਹੈ ਵੈਸੇ ਬੂਟਾ ਸਿੰਘ ਖੱਕ ਦੇ ਨਾਮ ਨਾਲ ਜਾਣੇ ਜਾਂਦੇ ਨੇ ਜਿਆਦਾ ਉਹਨਾਂ ਦੀ ਨਗੀਨਾ ਪੈਲੇਸ ਵੀ ਹੈ ਤੇ ਉਹਨਾਂ ਦੇ ਮਾਤਾ ਜੀ ਜਿਹੜੇ ਨੇ ਉਹ ਪੂਰੇ ਹੋ ਗਏ ਪਿਛਲੇ ਦਿਨਾਂ ਦੇ ਵਿੱਚ ਤੇ 6 ਜੂਨ ਨੂੰ ਉਹਨਾਂ ਦਾ ਫਿਊਨਰਲ ਹੈਗਾ ਜੀ ਐਲਨ ਮੋਰਚਰੀ ਟਾਰਲਕ ਦੇ ਵਿੱਚ 247 ਨਾਰਥ ਬਰੋਡਵੇ ਟਾਰਲਕ ਵਿੱਚ 10 ਤੋਂ 12 ਵਜੇ ਤੱਕ ਤੇ ਉਸ ਤੋਂ ਉਪਰਾੰਤ ਭੋਗ ਸ਼੍ਰੀ ਸਹਿਜ ਪਾਠ ਸਾਹਿਬ ਜਿਹੜਾ ਹੈਗਾ ਉਹ ਟਾਰਲਕ ਗੁਰੂ ਘਰ ਦੇ ਵਿੱਚ ਪਾਇਆ ਜਾਏਗਾ ਜੀ 12 ਵਜੇ ਤੋਂ ਬਾਅਦ ਤੇ ਇਹ 1391 5th ਸਟਰੀਟ ਤੇ ਹੈ ਗੁਰੂ ਘਰ ਸਾਰੇ ਜਾਣਦੇ ਹੋਣਗੇ ਸੋ ਅਸੀਂ ਜੱਸ ਪੰਜਾਬੀ ਵੱਲੋਂ ਇਹਨਾਂ ਦੇ ਨਾਲ ਦੁੱਖ ਪ੍ਰਗਟ ਕਰਦੇ ਹਾਂ ਤੁਹਾਡੇ ਵੀ ਕੋਈ ਇਸ ਤਰ੍ਹਾਂ ਦੀ ਖਾਸ ਤੌਰ ਤੇ ਗੱਲ ਹੋਵੇ ਕੋਈ ਕੋਈ ਵੀ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਤੇ ਉਹ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਤੇ ਅਸੀਂ ਇਹੋ ਹਰ ਜਾਣਕਾਰੀ ਜਿਹੜੀ ਹੈ ਉਹ ਪੂਰੀ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਹੈ ਸੋ ਬੂਟਾ ਸਿੰਘ ਖੱਖ ਦੇ ਪਰਿਵਾਰ ਨਾਲ ਅਸੀਂ ਜਿਹੜਾ ਹਮਦਰਦੀ ਪ੍ਰਗਟ ਕਰਦੇ ਆਂ ਜੀ ਪਰਮਾਤਮਾ ਉਹਨਾਂ ਨੂੰ ਪਾਣਾ ਮੰਨਦਾ ਬਲ ਬਖਸ਼ੇ ਬਜ਼ੁਰਗਾਂ ਦਾ ਆਸਰਾ ਬਹੁਤ ਹੁੰਦਾ ਚਾਹੇ ਉਹ ਬੈਠੇ ਨੇ ਚਾਹੇ ਟੱਲੇ ਮੱਠੇ ਨੇ ਪਰ ਉਹਨਾਂ ਦਾ ਬੈਠਿਆਂ ਦਾ ਆਸਰਾ ਬਹੁਤ ਹੁੰਦਾ ਸੋ ਜਿਹੜੇ ਬਜ਼ੁਰਗ ਹੈਗੇ ਨੇ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਈਮੇਲ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਲਈ jaggi@broadcasting.com ਜਾਂ info@broadcasting.com ਫੇਸਬੁੱਕ ਟਵਿੱਟਰ ਤੋਂ ਰਵਾ WhatsApp ਨੰਬਰ ਹੈਗਾ ਜਾਂ ਫਿਰ ਮੇਰਾ ਸੈੱਲ ਨੰਬਰ ਸਭ ਕੋਲੇ ਹੈਗਾ ਕਿਤੇ ਵੀ ਸੰਪਰਕ ਕਰ ਸਕਦੇ ਹੋ ਸੈੱਲ ਨੰਬਰ 209453362 ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰਬ ਰੱਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ